ਅਸਲਾਮ ਵਾਲੇਕੁਮ ਨਾਜ਼ਰੀਨ, ਸਿੱਧੀ ਸਾਫ ਦੋ ਟੋਕ ਭਾਅ ਜੀ ਗੱਲ ਆ। ਰੋਜ਼ ਰੋਜ਼ ਦੇ ਆਰ ਆਰ ਚੋਂ ਸਮਝ ਆ ਗਈ, ਆਰ ਆਰ ਮਤਲਬ ਯੈਸ। ਮੈਨੂੰ ਬਾਹਰ ਕੱਢੋ, ਮੈਂ ਆਖਰੀ ਵਾਰੀ ਹੱਥ ਜੋੜਨ ਲੱਗਾ ਭਾਅ ਜੀ। ਫੈਸਲ ਸਾਹਿਬ ਵੀ ਚਲੇ ਗਏ, ਫਰੀਦ ਸਾਹਿਬ ਵੀ ਨਥੀ, ਠੀਕ ਹੈ ਜੀ, ਅਬਾਦ ਸਾਹਿਬ ਅਤੇ ਉਹਦੇ ਹੱਕ 'ਚ ਸਿਰਫ ਤੁਸੀਂ ਦੁਆ ਕਰਨੀ, ਬਸ ਮੈਂ ਤੁਹਾਨੂੰ ਸੱਚੀ ਮੁੱਚੀ ਕਹਿ ਰਿਹਾ। ਉਹਦੇ ਹੱਕ 'ਚ ਸਿਰਫ ਤੁਸੀਂ ਦੁਆ ਕਰ ਸਕਦੇ ਹੁਣ, ਕਿਉਂਕਿ ਮੈਂ ਜੋ ਕਰਨਾ ਸੀ ਨਾ ਮੈਂ ਕਰਕੇ ਦੇਖ ਲਿਆ। ਮੈਂ ਇੱਥੇ ਦੱਸਾਂਗਾ ਨਾ, ਅਗਰ ਤਾਂ ਮੇਰੀ ਬਿਸਤੀ ਹੈ, ਲਿਆਦਾ ਉਹਦੇ ਹੱਕ 'ਚ ਦੁਆ ਕਰਨੀ ਹੈ, ਉਹਦੇ ਬੱਚੇ ਵਾਸਤੇ ਅੱਲਾਹ ਪਾਕ ਉਹਨੂੰ ਹਦਾਇਤ ਦੇਵੇ ਔਰ ਅੱਲਾਹ ਪਾਕ ਉਹਨੂੰ ਮਹਿਫੂਜ਼ ਰੱਖੇ, ਠੀਕ ਹੈ ਨਾ, ਕਈਆਂ ਚੱਕਰਾਂ 'ਚੋਂ। ਪਿੱਛੇ ਰਹਿ ਗਏ ਸੀ ਦਾਨਿਸ਼ ਸਾਹਿਬ ਅਤੇ ਮਿੱਠਾ ਸਾਹਿਬ, ਅਤੇ ਬਸ ਹੁਣ ਨੋਨੀ ਸਾਹਿਬ ਜਿਹੜੇ ਉਹ ਵੀ ਨਹੀਂ ਆ ਰਹੇ। ਤਿੰਨ ਚਾਰ ਦਿਨ ਹੋ ਗਏ ਨੇ ਬਗੈਰ ਦੱਸਿਓ ਬਗੈਰ ਪੁੱਛਿਓ ਕਿਸੇ ਗੱਲਬਾਤ ਤੋਂ, ਕੋਈ ਚੱਕਰ ਨਹੀਂ। ਉਹਨਾਂ ਨੇ ਕਿਹਾ ਜੀ ਠੀਕ ਆ, ਠੀਕ ਆ ਜੀ। ਉਮੈਰ ਸਾਹਿਬ ਜੇ ਉਹ ਵੈਸੇ ਵੀ ਉਹਨਾਂ ਨੂੰ ਮਤਲਬ ਲਾਹੌਰੋਂ ਕਾਲ ਆ ਗਈ ਸੀ ਕਿ ਤੂੰ ਸਾਡੇ ਕੋਲ ਆ ਜਾ, 50,000 ਰੁਪਇਆ ਹਫ਼ਤੇ ਦਾ ਲੈ ਲਿਆ ਕਰ ਸਾਡੇ ਕੋਲ, ਅਤੇ ਮੈਂ ਉਹਨੂੰ ਕਿਹਾ ਯਾਰ ਤੂੰ ਉੱਥੇ ਚਲਾ ਜਾ, ਤੇਰੀ ਮਿਹਰਬਾਨੀ, ਠੀਕ ਹੈ ਜੀ। ਉਹ ਜਾਂਦਾ ਨਹੀਂ ਜਾਂਦਾ ਉਹਦੀ ਸਿਰ ਪੀੜ ਆ। ਪਿੱਛੇ ਰਹਿ ਗਿਆ ਮੈਂ ਅਤੇ ਕਾਲੂ, ਠੀਕ ਹੈ ਜੀ। ਕਾਲੂ ਸਾਹਿਬ ਤੁਸੀਂ ਕਦੋਂ ਜਾ ਰਹੇ ਹੋ? ਹਾਂਜੀ, ਤੁਸੀਂ ਕਦੋਂ ਜਾ ਰਹੇ? ਤਨਖਾਹ ਦਿਓ, ਮੈਂ ਉਹਦਾ ਕਰਕੇ ਬੈਠਾ, ਮਹੀਨਾ ਹੋ ਗਿਆ। ਅਜੇ ਤੱਕ ਮੈਂ ਤੁਹਾਨੂੰ ਜੈ ਕੈਸ਼ ਵੀ ਦਿਖਾਤਾ, ਨੰਬਰ ਵੀ ਦੇ ਤਾ ਕਿਸੇ ਬਹਾਨੇ ਬਹਾਨੇ। ਲੈ ਫਿਰ ਜੇ ਗੱਲ ਆਣਾ ਤਾਂ ਮੈਂ ਤੈਨੂੰ ਆਪਣੇ ਤੋਂ ਦੂਰ ਨਹੀਂ ਉਹ ਕਰਨਾ, ਤੇ ਫਿਰ ਮੈਂ ਤੇ ਇਕੱਲਾ ਰਹਿ ਜਾਂਗਾ। ਚਲੋ ਫਿਰ ਰਹਿਣ ਦਿਓ, ਜੈ ਕੈਸ਼ ਰੀਡ ਕਰਦੀ। ਲੋ ਜੀ, 1 2 3 ਚਾਚੇ ਚੌਂਸੇ ਦਾ ਬੱਚਾ ਬਣਿਆ, ਫਿਰ ਸੁਣ ਲਓ ਕੈਸਾ ਮੇਰੇ ਦਿਮਾਗ ਚਾਹੀਦਾ। ਮੂੰਹ ਚੋਂ ਹੀ ਆ ਰਹੀ ਹੈ, ਉਂਗਲਾਂ ਅੰਦਰ ਹੀ ਲੈ ਜਾਓ ਕਿਤੇ, ਮੂੰਹ ਚੋਂ ਆ ਰਹੀ। ਸਹੀ ਯਾਰ, ਸਾਜੀ ਬਗਲ ਜਿੱਥੇ ਦੀ ਬੱਚਾ ਉੱਥੇ ਆ ਜਨਾਬ, ਖਬਰ ਬਾਹਰ ਤੁਸੀਂ ਦੇਖ ਰਹੇ ਹਾਂ, ਖਬਰ ਬਾਹਰ। ਮੈਨੂੰ ਦੱਸੋ ਇਹ ਕੀ ਟਾਈਮ, ਇਹ ਤੁਸੀਂ ਦੇਖ ਰਹੇ ਹਾਂ ਖਬਰ ਬਾਹਰ, ਇਹ ਤੁਸੀਂ ਦੇਖ ਰਹੇ ਹਾਂ ਬਲਾਕ ਰਾਤ, ਬਲਾਕ ਰਾਤ, ਠੀਕ ਹੈ ਜੀ। ਐਡੀ ਨਾ ਗੱਲ ਕਰੋ ਉਸਤਾਦ ਜੀ, ਹੈ ਉਸਤਾਦ ਜੀ, ਆਪਣਾ ਜਾਨੀ ਕੀ ਠਾ ਚੱਲ ਰਿਹਾ ਭਰਾਵਾ, ਅਸੀਂ ਦੇਖ ਲਾ ਤੂੰ ਜੋ ਮਰਜ਼ੀ ਆ। ਕੀ ਬਾਤ ਹੈ ਉਸਤਾਦ ਜੀ, ਕੀ ਟਾਈਮ ਆਏ ਹਾਏ, ਕੀ ਟਾਈਮ, ਕੀ ਟਾਈਮ ਦੇ ਆਏ ਹਾਏ, ਅਸੀਂ ਇੱਥੇ ਹੀ ਆ। ਨਹੀਂ ਉਸਤਾਦ ਜੀ, ਤੁਸੀਂ ਜਿੱਥੋਂ ਮਰਜ਼ੀ ਹੋ ਕੇ ਆ ਜਾਓ ਬਾਬਾ ਜੀ, ਅਸੀਂ ਇੱਥੇ ਹੀ ਆ। ਬਾਬਾ ਜੀ, ਉਸਤਾਦ ਜੀ ਫਰੀਦ ਗਾਣਾ ਸੁਣਾ ਯਾਰ। ਸਭ ਤੋਂ ਬਹੁਤਾ ਅੰਦਰ ਸਾੜ ਜਿਹੜਾ ਇਸ ਟਾਈਮ ਕਿਹਨੂੰ, ਕੋਈ ਗੱਲ ਨੀ, ਅਸੀਂ ਮਿਹਨਤ ਕਰ ਰਹੇ, ਜਦੋਂ ਮਰਜ਼ੀ ਚੱਲ ਜਾਏ, ਜਦੋਂ ਮਰਜ਼ੀ ਅਸੀਂ
ਇਹਦੀ ਹਰਕਤ ਦੀ ਵਜ੍ਹਾ ਤੋਂ ਇਹਦਾ ਮੂੰਹ 15 ਸਾਲ ਪਹਿਲੇ ਕਾਲਾ ਹੋ ਗਿਆ ਸੀ ਕਿਉਂਕਿ ਕੁਦਰਤ ਨੂੰ ਪਤਾ ਸੀ ਇਹਨੇ ਇਸ ਟਾਈਮ ਹਰਕਤ ਕਰਨੀ। ਮੈਂ ਤੁਹਾਨੂੰ ਸੱਪਾਂ ਤੋਂ ਬਚਾਉਣਾ ਚਾਹੁੰਦਾ ਵਾਂ, ਸੱਪਾਂ ਤੋਂ ਤੁਸੀਂ ਫੇਰ ਤਬਾਰ ਕਰ ਲਿਆ, ਫੇਰ ਲੈ ਸਾਨੂੰ ਕੀ ਭਾਈ? ਉਹ ਸੱਪਾਂ ਤੋਂ ਬਚ ਕੇ ਥੋੜੇ ਦੇ ਹੱਥੀ ਆ ਜਾਣ, ਆਰਾਮ ਨਾਲ ਕੱਲਾ 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 ਸੱਪਾਂ ਦੀ ਗੱਲ ਨਾ ਕਰ, ਸਿਰਫ ਸੱਪ ਦੀ ਗੱਲ ਕਰ, ਠੀਕ ਆ? ਨਹੀਂ ਨਹੀਂ, ਉਹਨੇ 2 ਪੀ ਲਿਆ ਸੱਪਾਂ ਦੀ ਗੱਲ ਕੀਤੀ। ਮਿੱਠਾ ਆਪਣੇ ਭਰਾ ਨੂੰ ਫੋਨ ਕਰਕੇ ਕਹਿੰਦਾ ਹਮਾਮ ਤੇ ਕੁਰਸੀ ਵਿਹਲੀ ਨੀ ਹੈਗੀ, ਉੱਥੇ ਹੁਣ ਵਿਹਲੀ ਹੋ ਗਈ ਆ, ਉੱਥੇ ਚੱਲ ਕੰਮ ਕਰ, ਵਿਹਲੀ ਨੀ ਹੋਈ ਭਾਜੀ, ਅਗਲੇ ਵੱਡਾ ਸੱਦ ਕੇ ਫੇਰ ਜੁੱਤੀ ਪਵਾਈ। ਚਲੋ ਮਿੱਠਾ ਸਾਹਿਬ ਹੁਣ ਏਸੀ ਵਾਪਸ ਲਿਆ ਦਿਓ ਮਿਹਰਬਾਨੀ। ਜ਼ਿੰਦਗੀ ਚ ਨੀ ਉਸਤਾਦ ਨੂੰ ਲਿਆ ਲਿਆ, ਅਸੀਂ ਚੀਜ਼ਾਂ ਦਿੱਤੀਆਂ, ਅੱਜ ਉਸਤਾਦ ਮੁੱਕਰ ਜੇ ਤੁਸੀਂ ਚੀਜ਼ਾਂ ਦਿੱਤੀਆਂ ਨੇ ਨਾ, ਉਹਨਾਂ ਦੀ ਸਿਹਤ ਨੂੰ ਸਿੱਧਾ ਸਿੱਧਾ ਉਹਨਾਂ ਨੇ ਅਸਰ ਪਾਇਆ, ਉਹਨਾਂ ਦੀ ਇੱਜ਼ਤ ਨੂੰ ਅਸਰ ਪਾਇਆ, ਉਹਨਾਂ ਦੇ ਕਿਰਦਾਰ ਨੂੰ ਅਸਰ ਪਾਇਆ, ਤੇ ਜਿਹੜੀ ਇੱਜ਼ਤ ਤਾਰ ਤਾਰ ਕਰਕੇ ਗਏ ਸੀ ਤੁਸੀਂ, ਅਸੀਂ ਜੋ ਵੀ ਕੀਤਾ ਵਾ ਅਸੀਂ ਜਾਂਦੇ ਆਹ ਨੀ ਕੀਤਾ, ਅਸੀਂ ਆਹ ਜਿਮ ਨੀ ਬਣੇ ਜਾਂਦੇ ਆ, ਇੱਕ ਸ਼ੋਅ ਨੀ ਚੱਲਿਆ ਤੇ ਆਹ ਜਿਮ ਸ਼ੁਰੂ ਕਰ। ਵਾਹ 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 ਯਾਰ ਮਿੱਠੀ, ਇਹ ਕਿਹੜੀ ਆ ਜਿਮ? ਤੇਰਾ ਟਿਕਟੋਕ ਵਾ ਦੇਖਿਆ? ਹਾਂਜੀ, ਹਲੇ ਪਹਿਲਾਂ ਸ਼ੋਅ ਨੀ ਚੱਲਿਆ, 2 ਗੱਲਾਂ ਲੱਗੀਆਂ ਜੁੱਤੀ ਦੇਖੀ ਸੀ ਉਧਰ, ਹਵਾ ਹੀ ਹੋ ਰਹਾ ਹੈ ਕਿ ਮਰ ਕੀ ਆ, ਤੇ ਹੁਣ ਪੱਪੂ ਵਾਲੀ ਜੁੱਤੀ ਪਾ ਕੇ ਆ ਆਪਣੇ ਨੂੰ ਰਾਮ ਜੀ ਨੇ ਠੋਰ ਬਣਾ ਸੀ, ਹੁਣ ਚੈੱਕ ਕਰ। ਅੱਛਾ ਮੈਂ ਪਤਾ ਕੀ ਆ, 2 ਮਿੰਟ ਤੈਨੂੰ ਗੱਲਾਂ ਕਰਨ ਦਾ ਮੌਕਾ ਦਿਆਂਗੇ, ਲੇਕਿਨ ਉਸਤਾਦ ਜੀ ਨੇ ਕੁਛ ਗੱਲ ਕਰਨੀ, ਭਾਵੇਂ ਘੰਟਾ ਚੁੱਕਤਾ ਕਰੋ, ਫਿੱਕੀਆਂ ਕਰੋ, ਮਿੱਠੀਆਂ ਕਰੋ, ਸਾਨੂੰ ਇਹ ਤਾਂ ਉਹਨਾਂ ਯਾਰ ਲੱਗਦੀਆਂ ਵਾ ਉਸਤਾਦ ਨੇ ਲਾਉਣੀਆਂ, ਇਹ ਤੇ ਨੀ ਕਹਿਣਾ ਯਾਰ 40 ਮਿੰਟ ਦੀ ਇੰਟਰ ਤੁਸੀਂ ਯਾਰ 25 ਨਹੀਂ, ਸਾਡੀਆਂ ਫਿੱਕੀਆਂ ਨਹੀਂ ਹੁੰਦੀਆਂ ਉਸਤਾਦ ਜੀ, ਤੂੰ ਦੇ ਅੰਦੋ ਮੈਂ ਕਾਣਾ ਰਾਜਾ, ਉਹ 4 ਜਣੇ ਚ ਬਹਿ ਕੇ ਉਹ ਆਇਆ ਕਰ ਗੱਲ, ਹੁਣ ਚੱਲ ਕਰ ਕਿਹੜਾ ਮੂੰਹ ਹੁੰਦਾ। ਖੁਦਾ ਦੀ ਕਸਮ ਤੂੰ 2 ਵੀ ਕਰਦਾ ਮੈਂ ਬਰਦਾਸ਼ਤ ਕਰਦਾ, 2 ਵੀ ਨੀ ਕੀਤੀਆਂ ਤੂੰ, ਤੈਨੂੰ ਅੱਲਾ ਰੱਖਾ ਪੈਪਸੀ ਕਿਤੇ ਛਾਵਾ, ਉਹ ਤੈਨੂੰ ਤਾਂ ਨਾਗੀ ਸਾਹਿਬ ਛੇੜ ਕੇ ਚੰਗਾ ਇੱਕ ਨਾਗੀ ਸਾਹਿਬ ਤੇ ਇੱਕ ਜਨਾਬ ਅਜ਼ਹਰ ਰੰਗੀਲਾ ਸਾਹਿਬ। ਹਾਂਜੀ, ਮੇਰਾ ਨਾਮ ਅਜ਼ਹਰ ਨਹੀਂ ਹੈਗਾ। ਨਹੀਂ ਨਹੀਂ, ਅਜ਼ਹਰ ਰੰਗੀਲਾ, ਤੇ ਤੁਸੀਂ ਇਸ਼ਾਰਾ ਇੱਥੇ ਕੀਤਾ, ਤੂੰ ਤੇ ਉਜ਼ਹਰ ਰੰਗੀਲਾ ਨਾ, ਜੋ ਵੀ ਸਾਰੇ ਸਹੀ
ਖੁਦਾ ਰੱਖਾ ਕੱਲੇ ਕੱਲੇ ਸੋਹਣਾ ਮਾਹੌਲ ਸੀਗਾ ਕੱਲੇ ਕੱਲੇ ਗੱਲ ਕਰ ਰਹੇ ਸੀ ਆ ਕੇ ਖਲਾਰਾ ਪਾਤਾ ਨੇ ਉਹਨਾਂ ਨੇ ਮੇਨ ਹੋਏ ਹੱਥ ਲੈ ਦੇ ਅੱਜ ਦੇ ਪ੍ਰੋਗਰਾਮ ਚ ਜੁਗਤਾਂ ਦੀ ਭਰਮਾਰ ਹੋ ਗਈ ਦੱਸਣ ਤੋਂ ਵੀ ਗੱਲ ਸੁਣ ਮੇਰੀ ਮੈਂ ਯਾਰ ਮੈਂ ਜਦੋਂ ਤੈਨੂੰ ਗੱਲ ਵਿੱਚ ਆਉਣ ਨੇ ਤੁਹਾਡੀ ਬੇਸ ਖਬਰ ਹਾਲ ਮੈਂ ਐਸੀ ਹੋਤੀ ਵਾਪਸੀ ਦਾ ਨਤੀਜਾ ਤਾਂ ਨਾ ਹੋਤਾ ਜੀ ਵਾਪਸੀ ਲਓ ਹੁਣ ਇੱਥੇ ਜੋ ਆ ਕੇ ਹੁਣ ਬੇਸ ਚੱਕ ਤੇ ਟੈਂਪੋ ਵਧਾ ਸੀ ਸਾਡਾ ਕੀ ਉਠਾਰੀ ਇੱਕ ਵਾਰ ਦਾਨਸ਼ ਭਾਈ ਅਸੀਂ ਫੇਰ ਪੀਜੇ ਦਾ ਕੰਮ ਲੱਭ ਲਈਏ ਹੈਂ ਨਹੀਂ ਦੱਸ ਯਾਰ ਇੱਕ ਮਿੰਟ ਨਹੀਂ ਯਾਰ ਨਹੀਂ ਦੱਸ ਦੇ ਮੈਨੂੰ ਨਹੀਂ ਯਾਰ ਕਾਲੂ ਸੈਲਰੀ ਸਰ ਸੈਲਰੀ ਤੇਰੀ ਬਲਾਕ ਮੈਂ ਸੈਲਰੀ ਤੇਰੀ ਪਾਣੀ ਵੀ ਰੱਖਦਾ ਸਾਜੀ ਸਾਜੀ ਲੇਕਿਨ ਪਾਣੀ ਵੀ ਰੱਖਦਾ ਲੈ ਕੇ ਦੋ ਗੱਲਾਂ ਮੋਢੇ ਤੇ ਰੱਖ ਕੇ ਉਹ ਪਈਆਂ ਸਾਹਮਣੇ ਮੈਂ ਕਿਹਾ ਪਰਫਾਰਮ ਤਾਂ ਨਹੀਂ ਹੋਣ ਦਿਆ ਇੱਥੇ ਕੰਮ ਕਰੀ ਜਾਓ ਮੈਂ ਸਰ ਇੱਕ ਚੀਜ਼ ਮੈਂਸ਼ਨ ਕਰਨਾ ਚਾਹੁੰਦਾ ਵਾਂ ਕਿ ਜਿਹੜਾ ਸ਼ੋਅ ਨਹੀਂ ਚੱਲਦਾ ਜਿਹੜਾ ਚੈਨਲ ਨੂੰ ਰੇਟਿੰਗ ਨਹੀਂ ਮਿਲਦੀ ਪ੍ਰੀਤ ਸਾਬਰੀ ਨੂੰ ਹਾਇਰ ਕਰੋ ਜੀ ਬਿਲਕੁਲ ਕਿਉਂ ਜੀ ਦੋ ਮਹੀਨੇ ਬਾਅਦ ਕੱਢ ਦਿਓ ਅੱਛਾ ਇਹ ਗੱਲ ਸੱਚ ਹੈ ਸਾਡੀ ਟੀਮ ਦੇ ਕਿਸੇ ਬੰਦੇ ਨੂੰ ਲੈ ਕੇ ਉਹ ਆਪਣਾ ਸ਼ੋਅ ਚਲਾ ਸਕਦੇ ਤਾੜੀਆਂ ਦਾ ਕੱਲ ਨੂੰ ਵੀ ਜੈਸਾ ਵੀ ਕੰਮ ਕਰਕੇ ਮਾੜਾ ਚੰਗਾ ਕਰਕੇ ਮੈਂ ਤੇ ਮਾੜਾ ਮੈਂ ਤੇ ਇੱਥੇ ਵੀ ਮਾੜਾ ਉੱਥੇ ਵੀ ਮਾੜਾ ਮੈਂ ਤੇ ਕਦੀ ਦਾਅਵਾ ਹੀ ਨਹੀਂ ਕੀਤਾ ਮੈਨੂੰ ਇਹ ਦੱਸੋ ਨਾ ਉਸਤਾਦ ਜੀ ਸੋਰੀ ਮੈਂ ਕਹਿ ਰਿਹਾ 11 ਮਿੰਟਾਂ ਚ ਤੂੰ ਜਿੰਨਾ ਬੋਲ ਪਿਆ ਨਾ 29 ਐਪੀਸੋਡਾਂ ਚ ਨਹੀਂ ਤੂੰ ਬੋਲਿਆ ਇੰਨਾ ਹਨਾ ਮੈਂ ਇਹ ਗੱਲ ਕਰਿਆ ਕਰੋ ਇਹਦੇ ਕੋਲ ਬੁਲਵਾ ਲਓ ਯਾਰ ਇਸ ਗੁਲਸ਼ਨ ਕੇ ਤਹਫ਼ੁਜ਼ ਕੀ ਕਸਮ ਖਾਈ ਹੈ ਮਿੱਠਾ ਜੀ ਹਮ ਵੋ ਲੋਗ ਹੈ ਜਿਨ੍ਹਾਂ ਨੇ ਟੀ ਟਾਈਮ ਕੋ ਲਹੂ ਦਿਆ ਹੈ ਇੱਕ ਵਾਰੀ ਤੁਸੀਂ ਨਾ ਤੁਸੀਂ ਰੇਲ ਕੱਟੇ ਉਹ ਗੱਲ ਸੁਣ ਕੇ ਤੁਸੀਂ ਉਹ ਲੋਕ ਪੰਜ ਗੱਲ ਸੁਣ ਹਾਂ ਬੋਲ ਤੂੰ ਆ 2 ਮਹੀਨੇ ਗੁਲਸ਼ਨ ਦਾ ਐਡਾ ਘਾ ਹੋ ਗਿਆ ਸੀ ਕਿੱਥੇ ਸੀਗਾ ਤੂੰ ਜੋ ਮੁਕਾਮ ਮਿਲਿਆ ਜੋ ਨਿਜ਼ਾਮ ਹੈ ਟੀ ਟਾਈਮ ਦਾ ਦੁਨੀਆਂ ਦੇ ਵਜਿਆ ਫੈਸਲ ਫਰੀਦ ਦਾਨਿਸ਼ ਅੱਬਾਸ ਮਿੱਠਾਪੁਰੀਆ ਦੀ ਵਜ੍ਹਾ ਤੋਂ ਅਸੀਂ ਫਰੀਦ ਉਸਤਾਦ ਜੀ ਤੁਹਾਡੇ ਨਾਲ ਲਾਜ਼ਵਾਲ ਮੁਹੱਬਤ ਕਰਦਾ
ਥੈਂਕ ਯੂ ਯਾਰ, ਫੈਸਲ ਲਵ ਯੂ ਉਸਤਾਦ ਜੀ, ਇੱਕ ਗੱਲ ਆ ਆਦਮੀ ਨਹੀਂ ਮਿਲਣਾ, ਲਾਈਓ ਲਾਈਓ ਹੀਰੇ ਹੀਰੇ ਉਸਤਾਦ ਜੀ ਫਰੀਦ, ਹਾਂਜੀ ਉਸਤਾਦ ਜੀ ਦੋਨੇ ਹੀਰੇ ਨੇ, ਮੈਂ ਇਹਨਾਂ ਨੂੰ ਆਪ ਮੰਡੀ ਚੋਂ ਲੈ ਕੇ ਆਇਆ। ਅੱਛਾ ਤੁਹਾਨੂੰ ਨਾ ਕਾਪੀ ਪੈਨਸਲ ਹੀ ਮਿਲ ਰਹੀ ਨਾ, ਤੁਹਾਨੂੰ ਟਾਈਮ ਮਿਲ ਰਿਹਾ, ਤੁਸੀਂ ਉੱਤੇ ਕਿਤਾਬ ਲਿਖਣਾ ਚਾਹ ਰਹੇ ਹੋ ਨਾ? ਅੱਛਾ ਮੇਰੀ ਗੱਲ ਸੁਣ ਮਿੱਠੇ, ਤੇਰੀ ਕਾਮੇਡੀ ਤੇ ਕਿਤੇ ਡੀ ਚੌਕ ਦੇ ਵਿੱਚ ਧਰਨਾ ਨਹੀਂ ਦਿੱਤਾ ਕਿਸੇ ਨੇ? ਇੱਕ ਮਿੰਟ ਉਸਤਾਦ ਜੀ ਨੇ ਮੇਰੀ ਗੱਲ ਕਰ ਦੇ ਉਸਤਾਦ ਜੀ, ਜੇ ਅਸੀਂ ਤੁਹਾਡੇ ਕੋਲ ਬੈਠੇ ਨਾ ਇਹਦੀ ਵਜ੍ਹਾ, ਹਾਂ ਵਾਹ ਵਾਹ, ਇਹਦੇ ਮਗਰ ਇੱਕ ਕਹਾਣੀ, ਇੱਕ ਪੂਰਾ 7-8 ਸਾਲਾ ਸਫ਼ਰ ਹੈ ਜਿਹਦੇ 'ਚ ਫੈਸਲ ਫਰੀਦ, ਦਾਨਿਸ਼, ਅੱਬਾਸ, ਮਿੱਠਾਪੁਰੀਆ, ਇਹਨਾਂ ਨੂੰ ਤੁਸੀਂ ਕਿਉਂ ਨਹੀਂ ਮੰਨਦੇ ਕ੍ਰੈਡਿਟ ਦਿੰਦੇ ਕਿ ਯਾਰ ਇਹਨਾਂ ਦੀ ਵਜ੍ਹਾ ਨਾਲ ਅਸੀਂ ਮੁਹੱਬਤ ਕੀਤੀ, ਲੋਕਾਂ ਨੇ ਪਿਆਰ ਕੀਤਾ, ਸਜਾ ਜਾਨੀ, ਚਲੋ ਨਾਲੇ ਵੀ ਨਾਲ ਮੰਨਿਆ ਲੋਕਾਂ ਨੇ, ਕੁਛ ਨੀ ਤੁਸੀਂ ਦੋਵੇਂ ਸਾਈਡ ਤੇ ਦੱਸੀਏ ਕਰਕੇ ਕੁਛ ਕੰਮ, ਲੋਕਾਂ ਨੇ ਪਿਆਰ ਜਿਹੜਾ ਤੁਹਾਡੀ ਤੁਹਾਡੀ ਵਜ੍ਹਾ ਤੋਂ ਸਾਨੂੰ ਦਿੱਤਾ, ਲੇਕਿਨ ਬਹੁਤ ਪਿਆਰ ਇਹਨਾਂ ਲੋਕਾਂ ਦੀ ਭਾਈ, ਮਿਹਰਬਾਨੀ, ਔਰ ਅੱਜ ਅਸੀਂ ਜੋ ਕੁਛ ਵੀ ਹੈ ਉਸਤਾਦ ਜੀ, ਐਸੇ ਐਸੇ ਜਗ੍ਹਾ ਤੋਂ ਤੁਹਾਡੇ ਹੀ ਪੈਰਾਂ ਦਾ ਸਦਕਾ ਸੀ, ਜਾ ਕੇ ਦੁਨੀਆਂ ਦੇ ਉੱਤੇ ਕੋਈ ਥੋੜਾ ਬਹੁਤਾ ਕੰਮ ਕਰਕੇ 5 ਮਿੰਟ ਜਿਹੜੇ ਟੋਟਲ ਸ਼ੋਅ ਦੇ ਵਿੱਚੋਂ ਨਿਕਲੇ, ਫਰੀਦ ਬਣਿਆ, ਇੱਥੇ ਹੀ ਫੈਸਲ ਬਣਿਆ, ਮੈਂ ਸਟੇਜ ਕਰਦਾ ਸੀ ਪਹਿਲੇ, ਬਾਹਰ ਖੜੀ ਕਰਕੇ ਉਸਤਾਦ ਜੀ ਕਹਿ ਦੇਣਾ, ਤਾਂ ਅੱਜ ਤਾਂ ਸਰਕਾਰ ਬਣਦਾ ਵੀ ਕਹਿ ਦੇਣਾ। ਹਾਂ ਉਸਤਾਦ ਜੀ, ਅਸੀਂ ਹਮਨੇ ਗੁਲਸ਼ਨ ਕੇ ਤਹਫੁਜ਼ ਕੀ ਕਸਮ ਖਾਈ, ਉਹ ਗੁਲਸ਼ਨ ਬਾਹਰ ਦੇਖ ਤੇ ਸਹੀ, ਗੁਲਸ਼ਨ ਦਾ ਬੇੜਾ ਕਰ ਕੋਇਆ ਪਿਆ, ਇਹਨਾਂ ਪਾਣੀ ਹੈ ਗੁਲਸ਼ਨ 'ਚ ਯਾਰ, ਕੋਈ ਕੱਢਣ ਵਾਲਾ ਬੰਦਾ ਨਹੀਂ, ਇੱਥੇ ਝਾੜੂ ਮਾਰ ਮਾਰ ਕੇ ਤਦ ਮੱਕੀ ਦਾ ਸਵਾਹ ਸ਼ੁਰੂ ਬੰਦ ਹੋ ਗਿਆ ਗੁਲਸ਼ਨ ਦਾ, ਯਾਰ ਮੈਂ ਗੁਲਸ਼ਨ ਗੁਰੂ ਦੀ, ਗੁਲਸ਼ਨ ਨੂੰ ਜਾਣੇ ਲੱਗੇ 300 ਰੁਪਈਆ ਦਿੱਤਾ ਮੈਂ ਤੇਰੇ ਗੁਲਸ਼ਨ 'ਚ ਫੁੱਲ ਲਵਾਉਣਾ, ਯਾਦ ਆ? ਤੇ ਫੁੱਲ ਦੇਖ ਕੈਸੇ ਆ, ਕੱਖ ਵੀ ਨਹੀਂ, ਪੌਦਾ ਵੱਡਾ ਹੀ ਨਹੀਂ ਹੋਇਆ, ਥੱਲੇ ਹੁੰਦਾ ਜਾਣ ਡਿਆ ਵਾ, 3300 ਲੈ ਕੇ ਚਲਾ ਗਿਆ, ਸੁੱਕ ਗਿਆ, ਸੁੱਕ ਗਿਆ, ਨਹੀਂ ਨਹੀਂ, ਜਿਹੜਾ ਅਸੀਂ ਜਿਹੜਾ ਪਿਆਰ ਦਿੱਤਾ ਸੀ ਨਾ ਉਸਤਾਦ ਜੀ, ਸਾਡਾ ਖੂਨ ਪਸੀਨਾ ਸੀ, ਮਗਰੋਂ ਜਿਹੜੇ ਤੁਸੀਂ ਮੁਨਾਫਕਾਂ ਦੇ ਹੱਥ ਫੜਾ ਦੋਗੇ ਤੇ ਇਦਾਂ ਹੀ ਪੁੱਛੋ, ਇਹ ਤੇ ਆਪਣੇ ਮੁਹੱਲੇ ਦੇ ਇਲਾਕੇ ਦੇ ਖੇਤ ਇਹਨਾਂ ਜਿਹੜੇ ਖੁਸ਼ਕ ਕਰ ਦਿੱਤੇ, ਬਾਰਿਸ਼ ਨਹੀਂ ਹੋਈ ਇਹਨਾਂ ਦੀ ਵਜ੍ਹਾ ਤੋਂ, ਏਡੇ ਰਹਿਸ਼ ਕਲਾਣੇ ਲੋਕ, ਦਰਖਤ ਤੇ ਮਿੱਠਾ ਲਿਖ ਦੋ, ਦਰਖਤ ਸੁੱਕ ਜਾਊਗਾ, ਹਾਂਜੀ ਇੱਧਰ ਇੱਕ ਮਿੰਟ, ਤੁਹਾਡਾ ਨਾਂ ਲਿਖਤਾ ਅਠਰਾਹ ਦਾ ਇਲਾਜ ਕਰਨ ਡੇ ਹਨ, ਨਹੀਂ ਨਹੀਂ ਸਾਹਿਬ, ਫਿਰ ਵੀ ਫਰੀਦ ਦੀ ਗੱਲ ਤੇ ਗੌਰ ਕਰੋ, ਮੁਨਾਫਕ ਜਿਹੜੇ ਨਾ ਆਲੇ ਦੁਆਲੇ ਹੁੰਦਾ ਦਿਓ, ਮਿਹਰਬਾਨੀ, ਉਹ ਮੁਨਾਫਕ ਉਹਨੂੰ ਕਹਿੰਦੇ ਜਿਹੜਾ ਇੱਥੇ ਹੋ ਕੇ ਵੀ ਕਹੇ ਉਸਤਾਦ ਜੀ ਮੈਂ ਲਾਹੌਰ ਹਾਂ, ਉਹਨੂੰ ਮੁਨਾਫਕ ਕਹਿੰਦੇ ਆ, ਹਾਂ ਕੌਣ ਕੌਣ ਕਹਿੰਦੇ, ਦੋਨੇ ਕਹਿੰਦੇ ਆ, ਅੱਛਾ ਆਪਣੀ ਜਾਨ ਦੇ ਦੇਣੀ, ਬੁੱਲਾਂ ਦਾ ਭਾਵੇਂ ਕੁਛ ਨਾ ਦੇ ਯਾਰ, ਮੂੰਹ ਚੁੱਪੜ, ਗੱਲ ਪੂਰੀ ਹੋ ਜਾਂਦੀ, ਜਿਹਨੂੰ ਇਹ ਜਾਨ ਜਾਨ ਕਹਿੰਦੇ ਨੇ ਨਾ, ਉਹ ਤੁਹਾਨੂੰ ਦੇ ਦੇਣੀ, ਪਿਛਲੇ ਹਾਫ ਦੀ ਗੱਲ ਕੀਤੀ, ਪਤਾ ਗੱਲ ਇਹ ਵੀ ਭੁਲੇਖਾ ਕਿਸੇ ਦਾ ਕੱਢ ਲਓ, ਠੀਕ ਹੈ ਨਾ, ਹਾਂਜੀ ਮੈਂ ਜਾਣੂਗਾ, ਮੈਂ ਭੁਲੇਖਾ ਕੱਢ ਲੈਣਾ, ਮੈਂ ਤਰੀਕੇ ਨਾਲ ਜੋ ਵੀ ਕੀਤਾ ਹਰ ਸਾਰੀ ਜ਼ਿੰਦਗੀ ਕੀਤਾ, ਮੈਂ ਭੁਲੇਖਾ ਕੱਢਿਆ ਨਹੀਂ ਕਦੀ ਕਿਸੇ ਦਾ, ਅੱਜ ਭੁਲੇਖਾ ਕੱਢ ਲਓ ਉਸਤਾਦ ਜੀ, ਜੈਨੂਨ ਕਹਿਣ ਡਿਓ ਉਸਤਾਦ ਜੀ, 19-21 ਦਾ ਫਰਕ ਜੀ ਤੁਹਾਡੀ ਮੇਰੀ ਏਜ ਦਾ, ਜੈਨੂਨ ਕਹਿ ਰਿਹਾ, ਕੁਛ ਸਾਲ ਕੀ ਵੱਡੇ ਹੋ ਤੁਸੀਂ ਮੇਰੇ ਤੋਂ, ਤੇ ਤਾਕਤ ਕਿੰਨੀ ਵੱਡੇ ਆ, ਫੈਸਲ ਫੜ ਲਈ, ਖਰਾਬ ਲੂਮ ਲੱਗ ਰਹੀ ਮੈਨੂੰ, ਤੈਨੂੰ ਹਾਫ ਤੋਂ ਗੁੱਸਾ ਚੜਾ ਰਿਹਾ ਸਾਹ ਤੂੰ ਮੈਨੂੰ, ਯਾਰ ਕੋਸ਼ਿਸ਼ ਰਾਈਟ ਹੈਂਡ ਹੈ ਐਸਐਮ ਸਾਹ ਦਾ, ਦੇਖ ਮਰੇ ਬੈਠਾ ਤੂੰ ਗੱਬੀ ਸਾਈਡ ਤੇ, ਮੈਂ ਅੱਛਾ ਜਦੋਂ ਕੋਈ ਬੰਦਾ ਕਹਿ ਦੇਵੇ ਨਾ ਯਾਰ ਤੂੰ ਕਿਉਂ ਘੁੱਟ ਰਿਹਾ, ਤੇ ਉਹਨੂੰ ਅੱਗੋਂ ਕਹੀ ਜਾਂਦਾ ਕਿ ਸਾਜੀ ਮੈਂ ਆਪਣੀ ਮਰਜ਼ੀ ਦਾ, ਸਾਜੀ ਮੈਂ ਕਿਹਾ ਵਾ ਪਿੱਛੇ ਕਰਕੇ ਵੇਖ ਲਓ, ਕਿਹਾ ਨਾ ਤੇ ਉਸ ਤੋਂ ਬਾਅਦ ਛੱਡਤਾ,
ਤੈਨੂੰ ਗੁਲਸ਼ਨ 25-30 ਤਰੀਕ ਨੂੰ ਯਾਦ ਆਉਣਾ ਸੀ, ਤੂੰ ਪਹਿਲੀਆਂ ਡੇਟਾਂ ਚ ਕਿਉਂ ਨਹੀਂ ਆਇਆ? ਪਹਿਲੀਆਂ ਡੇਟਾਂ ਗੁਲਸ਼ਨ ਗੁਲਸ਼ਨ ਹੈ, ਉਹ ਜਦੋਂ ਮਰਜ਼ੀ ਯਾਦ ਪਤਾ ਮਾਲ ਕੇ ਗੁਲਸ਼ਨ ਸੈਂਡ ਕਰਦੇ ਪਏ ਦਿਨਾਂ ਚ ਯਾਰ। ਨਹੀਂ ਐਸੀ ਗੱਲ ਨਹੀਂ ਉਸਤਾਦ ਜੀ, ਤੁਸੀਂ ਫੁੱਲ ਲਾਏ, ਬੂਟੇ ਲਾਏ। ਦੇਖੋ ਉਸਤਾਦ ਜੀ, ਉਹ ਦੇਖ ਲਾ ਅੱਜ ਮੈਂ ਤੇ ਫਰੀਦ ਇਸ ਗੱਲ ਦਾ ਅਹਿਦ ਕਰਦੇ ਹਾਂ, ਉਸਤਾਦ ਜੀ ਤਨਖਾਹ ਅਸੀਂ ਵੀ ਲੱਗੀ ਤੁਹਾਡੇ ਕੋਲ। ਮੇਰੇ ਬਜ਼ੁਰਗ ਨੇ ਕਸਮ ਨੀ ਕਰ, ਮੇਰੇ ਮਾਈ ਬਾਪ ਨੇ, ਮੈਂ ਫੈਸਲ ਰਾਮੇ ਅੱਜ ਸਾਰੇ ਸਾਹਮਣੇ ਐਲਾਨ ਕਰਦਾ ਮੈਂ ਉਸਤਾਦ ਜੀ ਇਹਨੇ ਵੀ ਕੀਤਾ ਸੀ ਕਿ ਮੈਂ ਜਦੋਂ ਵੱਡੇ ਚੈਨਲ ਚਾਹੀਦਾ ਅੱਧੀ ਤਨਖਾਹ ਤਾਂ ਦਿਆ ਕਰਾਂਗਾ। ਨਹੀਂ ਨਹੀਂ ਉਸਤਾਦ ਜੀ, ਮੈਂ ਉਸਤਾਦ ਜੀ ਮੈਂ ਨੀ ਤੁਹਾਡੇ ਕੋਲ ਪੈਸੇ ਲੈਣੇ, ਮੇਰੇ ਬਿੱਲ ਤਾਰਨੇ, ਪੈਟਰੋਲ ਦਾ ਖਰਚਾ ਜਿਹੜਾ ਗੱਡੀ ਦਾ ਗੱਡੀ ਜਿਹੜੀ ਉਸਤਾਦ ਜੀ ਵਾਦਾ ਕਰਿਓ, ਕਿਉਂਕਿ ਠੀਕ ਜੇ ਬਿੱਲ ਘੱਟ ਹੀ ਘੱਟ ਹੀ ਬਣਦੀ ਹੈ। ਅੱਛਾ ਉਸਤਾਦ ਜੀ, ਲੋਕ ਇਹ ਪੁੱਛਣਗੇ, ਫੈਸਲ ਸਾਹਿਬ ਲੋਕ ਪੁੱਛਣਗੇ ਵੀ ਛੱਡ ਕੇ ਆ ਗਏ ਜਾਂ ਯੇ ਵੋ, ਮੈਂ ਛੱਡਿਆ ਨਹੀਂ, ਮੇਰਾ ਪਿਆਰ ਉਹਨਾਂ ਨਾਲ ਮੁਹੱਬਤ ਆ। ਲੇਕਿਨ ਮਿੱਠਾ ਜੀ, ਅਸੀਂ ਫਿਰ ਵੀ ਇਸ ਗੁਲਸ਼ਨ ਕੇ ਤਹੱਫਜ਼ ਕੀ ਕਸਮ ਖਾਈ। ਕਿਹੜਾ ਗੁਲਸ਼ਨ ਭਾਜੀ, ਜਾਣਦੇ ਹੋ ਗੁਲਸ਼ਨ ਨੂੰ, ਹੁਣ ਅੱਗੇ ਵੀ ਗੱਲ ਤੋਰੋ। ਮੈਂ ਗੁਲਸ਼ਨ ਘਰ ਨਿਆਜ ਬਹੁਤ ਸੌਖੀ ਕਮਰੇ ਚ, ਇੱਥੇ ਗੁਲਸ਼ਨ ਸਾਲਗਿਰਾ ਤੇ ਅੱਜ ਨੀ ਬੋਤਲ ਮਿਲਣੀ ਤੇ ਕਦੋਂ ਮਿਲਣੀ? ਪਹਿਲਾਂ ਇਹਨੂੰ ਕਹਿੰਦੇ ਅਸੀਂ ਤੂੰ ਜਿੱਥੇ ਛੱਡ ਕੇ ਗਿਆ ਸੀ ਉੱਥੇ ਹੀ ਆ। ਉਸਤਾਦ ਜੀ ਦੀ ਕੁਰੈਕਸ਼ਨ ਕਰ ਲੈਣ ਦਿਓ, ਮੈਂ ਟੀ ਟਾਈਮ ਸਾਰੇ ਵੇਖ ਚੁੱਕਿਆ। ਤੇਰੇ ਕੰਮ ਦੀ ਗੱਲ ਬੜਾ ਖਾਸ ਆ ਯਾਰ, ਮਿੱਠੀ ਉਹ ਗੱਲ ਕਰ ਇਹਨੂੰ ਮੈਂ ਮੇਰੇ ਮੇਲੇ ਦਾ ਰੂਲਾ ਮੁੱਕ ਗਿਆ ਕਰ ਨੂੰ ਕਰਾਂ ਮੇਲੇ ਦੇ ਵਿੱਚ ਜੰਜ ਕਰਕੇ ਪਾਣੀ ਪੈਣ ਦੇ ਤੇ ਚੱਕਰ ਆ ਜਿੰਦੇ ਐਡਾ ਲੰਮਾ ਪਾਣੀ ਉਹ ਵੀ ਕਹਿ ਦੋ। ਏਦਾਂ ਦੇ ਖੁਸਰੇ ਗੋਲੇ ਵਾਲੇ ਦੇ ਕੋਲ ਹੁੰਦੇ ਜਦੋਂ ਗੋਲਾ ਰਗੜਦਾ ਤੇ ਬਰਫ਼ ਐ ਨਿਕਲਦੀ ਸੀ, ਗੱਲ ਸੁਣ ਲੈ। ਅੱਛਾ ਉਸਤਾਦ ਜੀ, ਤੁਹਾਨੂੰ ਕੀ ਲੱਗਦਾ ਤੁਹਾਡੇ ਬੱਚਿਆਂ ਨੇ ਤੁਹਾਡਾ ਨਾਮ ਖਰਾਬ ਕੀਤਾ? ਜੀ ਬਿਲਕੁਲ। ਉਹ ਇੱਕ ਮਿੰਟ ਠਹਿਰਦੇ ਜਾਓ ਯਾਰ, ਇੱਕ ਦੋ ਵੱਡਿਆਂ ਸੀਨੀਅਰਸ ਦੀ ਗੱਲ ਦੱਸ। ਸਹੀ ਗੱਲ ਜੋ ਦਿਲ ਚ ਨਾ ਉਹਨੂੰ ਕਹੋ, ਉਹਨੇ ਜਿਹਨੇ ਗੱਲ ਕੀਤੀ ਉਹਦੇ ਬਾਰੇ ਚ ਕਹਿਣਾ, ਮੈਨੂੰ ਪਤਾ ਮੇਰੀ ਕਦਰ ਹੀ ਹੈ। ਤੁਹਾਨੂੰ ਮੈਂ ਪੁੱਛਣ ਨੇ ਆਵਾਂ, ਤੁਸੀਂ ਮੈਨੂੰ ਜਵਾਬ ਦਿਓ। ਮੈਂ ਕਹੋ ਜਿਹੜਾ ਮੈਨੂੰ ਯਾਰ ਕਿਹੜੀ ਗੱਲ ਹੋਈ ਹੈ, ਇੱਕ ਬੰਦਾ ਆਇਆ ਤੁਹਾਡੇ ਕੋਲ। ਯਾਰ ਮੈਂ ਦੇਖ ਰਿਹਾ ਹਾਲੇ ਕਿ ਤੁਸੀਂ ਪਤਾ ਮੈਂ ਵੀ ਵਿੱਚ ਬੋਲ ਪਿਆ, ਹੋਰ ਓਵਰਲੈਪ ਹੋਏ ਨਹੀਂ ਹਾਲੇ ਤੇ, ਤੁਹਾਡੀ ਸਮਝ ਨਹੀਂ ਆ ਰਹੀ, ਮੈਂ ਤੇ ਦਾਨਿਸ਼ ਤੇ ਕਾਲੂ ਚੁੱਪ ਹਾਂ, ਹਾਲੇ ਤੁਸੀਂ ਤਿੰਨ ਜਣੇ ਸਿਰਫ ਦੇਖ ਲਓ ਕੀ ਕਰਦੇ। ਅਸੀਂ ਵੀ ਚੁੱਪ, ਫਿਰ ਜਦੋਂ ਅਸੀਂ ਬੋਲਣਾ ਸ਼ੁਰੂ ਕੀਤਾ ਨਾ ਫਿਰ ਤੁਹਾਨੂੰ ਲੱਗ ਪਤਾ ਜਾਣਾ। ਜੀ ਭਾਜੀ, ਅਸੀਂ ਤਾਂ ਇਹਨਾਂ ਦੀ ਇੱਜ਼ਤ ਬਚਾ ਰਹੇ ਹਾਂ ਕਿ ਵੱਡੇ ਜਗ੍ਹਾ ਤੋਂ ਆਏ ਨਾ ਬਣਿਆ ਰਵੇ। ਕਰੋ ਗੱਲ, ਵਾਲ ਤੁਸੀਂ ਸਿੱਧੇ ਕਰਾਏ ਸੀ ਪਿੱਛੇ ਜੇ? ਹਾਂਜੀ, ਹੁਣ ਵੀ ਸਿੱਧੇ ਨਹੀਂ ਨਹੀਂ
ਫਰਕ ਤੇ ਪਿਆ ਕੋਈ ਨੀ ਉਸਤਾਦ ਜੀ, ਅੱਲਾ ਦੀ ਰਹਿਮਤ ਨਾਲ ਹੁਣ ਵੇਖੋ ਤਾਂ ਸਹੀ ਉਂਝ ਹੀ ਆ। ਨਹੀਂ ਨਹੀਂ ਉਸਤਾਦ ਜੀ, ਥੋੜੀ ਜਿਹੀ ਤੇ ਹੱਲੇ ਨਾਲ ਤੋਂਡ ਘਟੀ ਹੈ, ਓਨਾ ਵੀ ਚਾਹੀਦਾ ਵਾ। ਮੁਬਾਰਕ ਹੋਵੇ ਤੇਰੇ ਲਈ, ਮਸ਼ੀਨ ਵੇਚਤੀ ਮੈਂ 5000 ਦੀ ਮਿੱਠੇ ਨੂੰ। ਏਦਾਂ ਉਸਤਾਦ ਨੂੰ ਚਾਹੀਦਾ ਵਾ, ਤੂੰ ਤਾਂ ਮਰ ਗਿਆ, ਠੁੱਕ ਗਿਆ, ਤੂੰ ਤਾਂ ਮਰ ਗਿਆ ਸੀ। ਉਹ 5000 ਦੀ ਸਾਜੀ ਵੇਚ ਦਿੱਤੀ, ਤੂੰ ਮਸ਼ਵਰਾ ਨਹੀਂ ਦਿੱਤਾ ਤੇ ਲੰਨਾ ਮਰੇ ਓਏ, ਲੰਗੀ ਲੈ ਲਈ, ਬਹੁਤ ਲੰਗੀ ਲਈ। ਤੁਸੀਂ ਬੇਵਕੂਫ, ਤੁਹਾਨੂੰ ਪਤਾ ਨੀ ਹੈ ਉਹ ਮੈਂ ਤੋੜ ਕੇ ਵੇਚ ਨਾ ਕਬਾੜੀ ਨੂੰ, ਮੇਰੀ ਪਿੱਤਲ ਸਿਲਵਰ ਹੀ ਬਹੁਤ ਆ, ਉਹ ਤੇ ਕੱਢ ਲਿਆ ਹੋਇਆ। ਉਹ ਤੇ ਨਹੀਂ ਉਂਝਦੀ ਹੈ ਮੁੰਡਾ ਜੀ, ਬਸ ਨਹੀਂ 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 ਉਂਝੀ ਆ, ਜਿਵੇਂ ਆਈ ਸੀ ਨਾ ਉਹਦੇ ਨਾਲੋਂ ਕਿਲੋ ਵਧੀ ਹੋਏਗੀ ਘਟੇ। ਉਹ ਤਾਂ ਮੈਂ ਆਪ ਦੇਖ ਲਿਆ, ਮੋਰਾ ਮੋਰਾ ਹੋ ਗਿਆ, ਉਹ ਚ ਕੋਈ ਨਾ ਕੁਛ ਵਿੱਚ ਗਈ ਹੋਣੀ ਹੈ। ਹਾਂ ਫਿਰ ਉਹ ਸੱਪ ਵਿੱਚੋਂ ਨਾ ਨਿਕਲੇ, ਹੁਣ ਤੋਲ ਕੇ ਵਿੱਚ ਨਵੀਂ ਆ ਬਿਲਕੁਲ, ਐਡੇ ਮੋਰੇ ਵਾਲੀ ਨਾ 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 ਨਾ, ਉਹ ਸਿਰਫ ਉੱਪਰ ਇੱਕ ਚੀਜ਼ ਵੱਜ ਗਈ ਸੀ ਥੱਲੇ, ਉਹ ਸਿਸਟਮ ਨਵਾਂ ਵਾ, ਤੂੰ ਮਿਸਤਰੀ ਨੂੰ ਕਿਸੇ ਦਾ ਉਹਨੇ 200-400 ਰੁਪਏ ਲੈਣਾ, ਓਕੇ ਹੋਏ ਨਾ ਇਹ ਉੱਪਰ ਕਿਤੇ ਬਾਬਾ ਵੱਜ ਗਿਆ, ਫਿਰ ਇੰਨਾ ਕੋਈ ਰਹਿਣਾ ਹੋਵੇ, ਮਿੱਟੇ 200-400 ਲੈਣਾ ਤੇ ਜਵਾਬ ਦੇ ਦੇਣਾ ਕਿ ਨਹੀਂ ਉਸਤਾਦ ਜੀ। ਉਹੀ ਗੱਲ ਸਵੇਰ ਦਾ ਭੁੱਲਿਆ ਕਿ ਮਿਸਾਲ ਜਿਹੜੀ ਹੈਗੀ ਉਹ ਕਦ ਤੋਂ ਭੁੱਲਿਆ, ਮੈਂ ਯਾਦ ਨਹੀਂ ਆ ਰਿਹਾ। ਮਿੱਟੇ ਨੂੰ ਕਹਿਣ ਨੇ ਮਿੱਟੇ ਵਾਲੋ ਗਿਆ ਤਾਂ ਤੈਨੂੰ ਮੈਂ ਕਹਿ ਸਕਦਾ ਹਾਂ, ਵੈਰੀ ਗੁੱਡ, ਤੇਰਾ ਉਹਦਾ ਮਤਲਬ ਬੜਾ, ਤੇਰਾ ਰੈਂਕ ਬੜਾ ਉਸਤਾਦ ਜੀ। ਫੁੱਲਾ ਸ਼ਾਮ ਕੋ ਘਰ ਆ ਜੇ ਤੂੰ ਉਸੇ ਸਾਲਾ ਨਹੀਂ ਕਹਤੇ, ਨਹੀਂ ਤੈਨੂੰ ਕਹਿ ਸਕਦਾ ਤੂੰ ਤਿੰਨਾ ਫੁੱਲਾਂ ਵਾਲਾ ਕਾਬੜੀ ਆ ਨਾ, ਤੈਨੂੰ ਕਹਿ ਸਕਦੇ ਹੋ ਇੱਕ ਮਿੰਟ ਠਹਿਰ ਤੁਹਾਨੂੰ ਪਤਾ ਹੈ ਕਿ ਪਿਛਲਾ ਦੌਰ ਖੂਬਸੂਰਤ ਕਿਉਂ ਸੀਗਾ, ਤੁਸੀਂ ਦੱਸੋ ਮੈਨੂੰ, ਤੁਹਾਡੇ ਕੋਲ ਪੁੱਛੋ ਉਸਤਾਦ ਕਾਹਦੇ, ਤੁਸੀਂ ਦੱਸੋ ਮੈਨੂੰ ਦੱਸਿਆ ਕਰੋ ਉਸਤਾਦ ਜੀ। ਬੱਚੇ ਪਿਛਲਾ ਦੌਰ ਖੂਬਸੂਰਤ ਇਸ ਤੋਂ ਤੈਨੂੰ ਲੱਗ ਰਿਹਾ ਕਿਉਂਕਿ ਅਗਲਾ ਖੂਬਸੂਰਤ ਨਹੀਂ, ਤੈਨੂੰ ਇਸ ਤੋਂ ਪਿਛਲਾ ਖੂਬਸੂਰਤ ਲੱਗ ਰਿਹਾ। ਨਹੀਂ ਪਿਛਲਾ ਦੌਰ ਖੂਬਸੂਰਤ ਇਸ ਤੋਂ ਸੀਗਾ ਉਸਤਾਦ ਜੀ, ਕਿ ਰਿਸ਼ਤੇ ਮੁਖਲਸ ਹੁੰਦੇ ਸੀਗੇ। ਨਹੀਂ ਉਸਤਾਦ ਜੀ, ਰਿਸ਼ਤੇ ਮੁਖਲਸ ਸੀਗੇ, ਇੱਕ ਦੂਸਰੇ ਦਾ ਖਿਆਲ ਕਰਦੇ ਸੀ ਲੋਕ, ਇੱਕ ਦੂਸਰੇ ਨਾਲ ਮੁਹੱਬਤ ਕਰਦੇ ਸੀ ਲੋਕ। ਅੱਜ ਸਿਰਫ ਨੀਚਾ ਵਿਖਾਉਣ ਵਾਸਤੇ ਨਾ, ਮੈਂ ਹੁਣ ਵੇਖੋ ਨਾ, ਹੁਣ ਮੈਂ ਗੱਡੀ ਲਈ ਹੈ ਤੇ ਫਰੀਦ ਦੀ ਵੀ ਕੋਸ਼ਿਸ਼ ਹੈ ਮੈਂ ਵੀ ਗੱਡੀ ਲਵਾਂ, ਮੈਂ ਫੈਸਲ ਨੀਚਾ ਗੱਡੀ ਲੈ ਲਈ ਜਿਹੋ ਜੀ ਤੂੰ ਗੱਡੀ ਲਈ ਆ, ਤਾਂ ਜੀ ਕੋਈ ਗੱਲ ਨਾ ਕਰਨਾ ਉਹਦੀ, ਅੱਗੇ ਵਰਕਸ਼ਾਪ ਚ ਰਹਿੰਦੀ ਹੈ। ਅੱਛਾ ਉਹ ਗੱਲ ਕੀਤੀ ਅੱਲਾ ਜਾਣਾ ਦਾ ਵਰਕਸ਼ਾਪ ਚ ਨਹੀਂ ਯਾਰ। ਵੈਸੇ ਭਾਈ ਜਾਨ ਮੇਰੀ ਗੱਲ ਸੁਣੋ, ਫਰੀਦ ਸਾਹਿਬ ਤੁਸੀਂ ਮੈਨੂੰ ਆਪ ਫੈਸਲਾ ਕਰਨਾ ਕਿ 2000 ਮਾਡਲ ਆ ਜਾਂ 2001 ਮਾਡਲ ਆ, ਚਾਰ ਮਾਡਲ, 20 ਸਾਲ ਪੁਰਾਣੀ ਗੱਡੀ, 20 ਸਾਲ ਪਾਕਿਸਤਾਨ ਚ ਚੱਲੀ ਗੱਡੀ, ਤੁਹਾਨੂੰ ਕੋਈ ਵੀ ਕਹਿ ਦੇਵੇ ਕਿ ਯਾਰ ਇਹਦੇ ਤੇ ਪੈਸੇ ਹੀ ਲੱਗਣੇ ਹੁਣ, ਤੇ ਇਹਦੇ ਲਈ ਕੋਈ ਬਹੁਤ ਸੈਂਸ ਚਾਹੀਦੀ ਹੈ, ਇਹ ਕੋਈ ਮਤਲਬ ਬਿਆਨ ਦੇਣ ਵਾਸਤੇ, ਜਿਹਨੂੰ ਵਹਾ ਉਹਨੇ ਕਹਿ ਦੇਣੀ ਹੈ ਗੱਲ। ਅੱਜ ਵੀ ਮੈਂ ਕਹਿਤੀ, ਇਹ ਮੇਰੀ ਗੱਲ ਕਰਨ ਤੋਂ ਪਹਿਲਾਂ ਹੀ ਪੈਸੇ ਲੱਗਣ ਦੇ, ਜਦੋਂ ਸੇਲ ਠੋਕ ਕੇ ਆਇਆ ਸੀ ਉਦੋਂ ਤੁਹਾਡੇ ਮੈਂ ਗੱਲ ਵੀ ਨਹੀਂ ਸੀ ਕੀਤੀ, ਉਸ ਦਿਨ ਹੀ ਗੱਲ ਕੀਤੀ ਸੀ ਤੁਸੀਂ, ਉਸ ਦਿਨ ਸੁਣੀ ਸੀ ਤੇ ਮੈਂ ਆ ਕੇ ਗਿਲਾ ਕਰਨ ਡਿਆ। ਅੱਛਾ ਅੱਛਾ, ਮਤਲਬ ਜਦੋਂ ਮੈਂ ਨਹੀਂ ਸੀ ਗੱਲ ਕੀਤੀ ਉਦੋਂ ਨਾਈਟ ਰਾਈਡਰ ਵਾਲਿਆਂ ਦੇ ਫੋਨ ਆ ਰਹੇ ਸੀ, ਅਸੀਂ ਸੀਜ਼ਨ 2 ਸ਼ੁਰੂ ਕਰਨਾ ਉੱਤੇ। ਨਾਈਟ ਰਾਈਡਰ ਕੀ ਦਾਦੀ, ਇੱਕ ਮਿੰਟ ਮਾਦਰ ਮਾ ਪੁੱਤ ਹਮਾ ਮੈਂ ਤੁਸੀਂ ਇਹ ਵਿੱਚ ਬੋਲਣਾ, ਦੱਸ ਗੱਲ ਕਰ ਪੁਰਾਣੀ ਗੱਲ ਮੇਰੀ, ਇਹ ਸੁਣ ਓਡੀ ਦਾ ਪੁਰਾਣਾ ਮਾਡਲ ਆ ਗਿਆ ਓਡੀ ਦਾ। ਅੱਛਾ ਜੀ, ਹਾਂ ਉਹਨੇ ਕਿਹਾ ਸਿਰਫ ਇੱਕ ਤਸਵੀਰ ਖਿੱਚ ਲੈਂਦੇ ਅਸੀਂ ਇਹ ਮਾਡਲ ਦੁਬਾਰਾ ਬਣਾਉਣਾ, ਨਹੀਂ ਖਿੱਚੀ ਨੇ ਗਲਾਫ ਪਾਈ ਰੱਖੇ ਉੱਤੇ, ਹੈਨਾ ਸਾਹ ਜੀ ਮੇਰੀ ਇਹ ਸੁਣ ਲਓ, ਅੱਜ ਵੀ ਜਾਮਾ ਜਪਾਨ ਅਸੈਂਬਲ ਜਿਹੜਾ ਪਹਿਲੇ ਗੇਰ ਚ ਜਿੰਨੀ ਮਰਜ਼ੀ ਉੱਚੀ ਭਾਰੀ ਚਲਾ ਬੈਠੇ ਨੂੰ, ਸਾਰੀ ਦਿਹਾੜੀ ਉੱਥੇ ਮਿੱਟੀ ਸੋ ਬੇਸ਼ੀ ਦੇ ਵਿੱਚ ਖਲੋਤੀ ਰਹਿੰਦੀ ਹੈ। ਨਹੀਂ ਨਹੀਂ ਮਿੱਟੀ ਸੋ ਬੇਸ਼ੀ ਨਹੀਂ ਸਾਹ ਜੀ, ਉਹ ਕਵਰ ਸ਼ੁੱਧ ਵਿੱਚ ਉਹ ਕਵਰ। ਅੱਛਾ ਤੇਰੇ ਨਾਲੋਂ ਕਿਸੇ ਨੇ ਵੈਸੇ ਹੀ ਗੱਡੀ ਲੈ ਲਈ ਨਾ, ਚੰਗੀ ਦੀ ਛੱਡ ਦੇ, ਵੈਸੇ ਹੀ ਗੱਡੀ ਲੈ ਲਈ ਨਾ, ਤੇ ਉਦੋਂ ਤੁਹਾਨੂੰ ਨੀਚਾ ਬਖਾ ਦੇਣਾ। ਬੁੱਢੀ ਦੀਆਂ ਪੁਰਾਣੀਆਂ ਚਾਰ ਚੂੜੀਆਂ ਲੈ ਕੇ ਨਾ ਤੁਹਾਡਾ ਐਲਫੀ ਨਾਲ ਜੋੜ ਕੇ ਉਹਦੇ ਪਿੱਛੇ ਲਾਈਆਂ, ਓਡੀ ਬਣਾਈ ਆਪਣੀ।
ਬੇਸ਼ਰਮੀ ਦੀ ਇੰਤਹਾ ਫੈਸਲ ਸਾਹਿਬ ਦਾ। ਉਸਤਾਦ ਨੇ ਕਿਹਾ ਸੀ ਗੱਡੀ ਮੈਂ ਲੈ ਕੇ ਦਿਆਂਗਾ, ਉਸਤਾਦ ਉਸਤਾਦ ਨੇ ਕਿਹਾ ਸੀ ਫਰੀਦ, ਪਰ ਮੈਂ ਸਬਰ ਕੀਤਾ ਨਾ, ਅੱਜ ਮੈਂ ਬੈਠਾ, ਮੈਨੂੰ ਪਤਾ ਉਸਤਾਦ ਨੇ ਮੈਨੂੰ ਅੱਜ ਤੋਂ 20 ਸਾਲ ਬਾਅਦ ਮੈਂ ਤੈਨੂੰ ਮਿਲਾਂਗਾ ਇੱਥੇ, ਲਿਖ ਲੈ 3D ਵੇਖੀਆਂ ਨਾ, ਉਹ 20 ਸਾਲ ਬਾਅਦ ਸਾਰੇ ਤੈਨੂੰ ਵੀ ਮਿਲਦੇ ਆ, ਲੈ ਅੱਜ ਮੈਂ ਲਿਖ ਕੇ ਜਾਂਦਾ ਵਾ, 20 ਸਾਲ ਬਾਅਦ ਇੱਥੇ ਮਿਲ ਲੈ, ਗੱਡੀ ਨਹੀਂ ਤੈਨੂੰ ਲੈ ਕੇ ਦੇਣੀ। ਉਹ ਜਾਣਦੇ ਫੈਸਲ ਮਕਾਨ ਬਣਾ ਕੇ ਦਿੱਤੇ, ਲੇਕਿਨ ਉਹ ਨੀ ਤੇ ਮੈਂ ਰਹਾ ਹੀ ਨਾ, ਉਹ ਵੇਚੀ ਤੇ ਕੋਈ 1.5 ਲਿਆ ਨਾ ਭਾਜੀ ਨੇ, ਨਹੀਂ ਵੇਚੀ ਨੀ ਹੈਗੀ ਸ਼ੁਕਰ ਸਾਹਮਣੇ ਗੱਡੀ ਸੀ ਜਦੋਂ ਲੱਤ ਫਾਰਕ ਹੋਈ। ਫੈਸਲ ਨੇ ਇਕਦਮ ਰੇਤ ਦਿੱਤੀ, ਠੀਕ ਹੈ ਥੱਲੇ ਟਾਇਰ ਨਿਕਲ ਗਏ ਤੇ ਉਹ ਚਾਚਾ ਥੱਲੇ ਡਿੱਗ ਗਏ, ਬੋਲੀ ਰਾਫੇ ਦਾ ਹੈਂਡ ਲਾਕ ਹੁੰਦਾ, ਤੂੰ ਗੱਡੀ ਲੈਣੀ? ਹਾਂਜੀ ਮੁਕੋ, ਤੁਹਾਡੇ ਕੋਲ ਸੈਲਰੀ ਲੈ ਕੇ ਲੈ ਦਾਂਗੇ ਇਧਰੋਂ। ਮੈਨੂੰ ਸਮਝ ਨਹੀਂ ਆਉਂਦੀ, ਵੱਡੇ ਚੈਨਲ ਤੇ ਮੈਨੂੰ ਸਿੱਖਿਆ ਯਾਰ ਤੁਸੀਂ ਕੁਛ ਮਾਈਕ ਸਹੀ ਗੱਲ ਦੱਸਾਂ ਉਸਤਾਦ ਜੀ, ਮੈਂ ਕੰਮ ਕੀਤਾ, ਕੰਮ ਵੇਖਿਆ, ਬਾ ਖੁਦਾ ਜਿਹੜੀ ਗੱਲ ਮਿੱਠੇ ਨੂੰ ਉਤਰਦੀ ਉਹ ਸਾਨੂੰ ਵੀ ਨਹੀਂ ਉਤਰਦੀ, ਜਿਹੜੀ ਖੂਬਸੂਰਤ ਗੱਲ ਹੈ। ਓਏ ਆ ਗਿਆ ਵਾ ਤੂੰ, ਵਾਪਸ ਆ ਗਿਆ ਮਾ, ਟੈਂਸ਼ਨ ਲੈ ਓਕੇ ਆ, ਜਿਹੜੀ ਮਿੱਠੇ ਇੱਕ ਮਿੰਟ ਸਟੈਂਡਿੰਗ ਪੋਜੀਸ਼ਨ ਹੋਈ ਜਾ, ਓਏ ਡਿੱਗ ਤੇ ਆ, ਬਹਿ ਜਾ ਇਹ ਬਣਦਾ ਤੇ ਕਿਸਮਤ ਦਾ ਸਾਜੀ, ਬਹਿ ਜਾ ਬਹਿ ਜਾ। ਜਪਾਨ ਸੰਭਲਣ ਮਿੱਠਾ ਖੁੱਲਾ ਵੀ ਨਹੀਂ ਹਲੇ ਤੱਕ, ਹਾਂ ਬੰਦ, ਮੈਂ ਤੈਨੂੰ ਕੀ ਪਤਾ ਪਾਸ ਆ। ਅੱਛਾ ਜੀ ਇਧਰੋਂ ਕੋ ਗੱਲ ਕਰ, ਮੈਂ ਮਾਜ਼ਰਤ ਤੁਹਾਨੂੰ ਜਿਹੜੀ ਤੁਸੀਂ ਉਹ ਕੀਤਾ ਫੈਸਲ ਸਾਹਿਬ, ਗੱਡੀ ਜਿਹੜੀ ਨਾ ਜਿਹੜੀ ਤੁਹਾਡੀ, ਆਹੋ ਤੁਸੀਂ ਇਹ ਕਿੰਨੇ ਦੀ ਵਿਕ ਜਾਏਗੀ?
ਅਗਰ ਮਾਰਕੀਟ ਚ ਲੈ ਜਾਂਦੇ ਆ ਦੋ ਸ਼ੋਰੂਮ ਹੈਗੇ ਨੇ ਮੇਰੇ ਵਾਕ ਚੈੱਕ ਕਰਾ ਲੈਣੇ ਆ ਅਗਰ ਉਹ ਸੱਤ ਦੀ ਨਾ ਹੋਵੇ ਤੇ ਮੈਂ ਦੇਣ ਦਾ ਤੇ ਛੇ ਦੇ ਦਿਓ ਨਹੀਂ 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 ਸੱਤ ਪੂਰਾ ਸੱਤ ਨੋਟ ਮੈਨੂੰ ਕਿੰਨੇ ਲਾਏ ਜੇ ਉੱਤੇ ਬਹੁਤ ਲੱਗਣ ਡੇ ਉਹਦੇ ਇੰਜਣ ਦਾ ਮੈਂ ਕਰਾਇਆ ਇੰਜਣ ਦਾ ਮੈਂ ਕਰਾਇਆ ਗਾਡਰੀਆਂ ਦੀਆਂ ਮੈਂ ਚੇਂਜ ਕਰਾਈਆਂ ਠੀਕ ਹੈ ਗਾਡਰੀਆਂ ਦੀਆਂ ਮੈਂ ਚੇਂਜ ਕਰਾਈਆਂ ਨਵੀਂ ਪੋਸ਼ ਨਵਾਂ ਫਰਸ਼ ਹੁਣ ਦੱਸੋ ਇਹਨੇ ਦੋ ਢਾਈ ਦੀ ਲਈ ਹੋਣੀ ਕਿ ਸਾਢੇ ਤਿੰਨ ਚਾਰ ਦੋ ਢਾਈ ਸਵਾ ਦੋ ਹਾਂਜੀ ਇਹਨੇ ਦੀ ਲਈ ਗੱਡੀ ਨੀ ਦਿੱਤੀ ਉਹਨਾਂ ਨੇ ਕਿਹਾ ਪੂਰੀ ਖੋਪਾ ਜਿਹਾ ਉਹਦਾ ਲੈ ਜਾਂਦਾ ਸੀਗਾ ਸਰ ਇਹਦਾ ਪ੍ਰਸ਼ਾਦ ਨੀ ਆਰਾਮ ਨਾਲ ਲੌਟ ਜਾਣਾ ਹੁੰਦਾ ਕਿ ਮੈਂ ਲੈਣ ਲੈ ਕੇ ਦੌੜਦਾ ਵਾ ਗੱਡੀ ਦੇ ਲਾਈਟਾਂ ਲੁੱਟਾਂ ਵੀ ਹੈਗੀਆਂ ਬੇਸਬਰਾ ਮਿੱਠਾ ਜਿਹੜਾ ਤੁਹਾਡਾ ਯਾਰ ਗੱਲ ਪੂਰੀ ਉਸਤਾਦ ਜੀ ਨੇ ਇੱਕ ਥੋੜੀ ਜਿਹੀ ਟਾਈਮ ਲੱਗਦਾ ਹੁੰਦਾ ਕਿਸੇ ਚੀਜ਼ ਨੂੰ ਫੈਸਲ ਦੁਬਈ ਜਾਣ ਦੇ ਦੁਬਈ ਆ ਜਾਣ ਦੇ ਅਸੀਂ ਅੱਲਾ ਦੀ ਰਹਿਮਤ ਨਾਲ ਗੱਡੀਆਂ ਵਾਲੇ ਸਾਰਿਆਂ ਨੇ ਹੋਣਾ ਇੱਥੋਂ ਹੀ ਹੋਣਾ ਵਾ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਸਤਾਦ ਜੀ ਨੂੰ ਭਾਵੇਂ ਅਸੀਂ ਨੱਪ ਕੇ ਜੋ ਬਣਨਾ ਇੱਥੋਂ ਹੀ ਬਣਨਾ ਵਾ ਹਮੇਸ਼ਾ ਦੇਖ ਲਿਓ ਅਸੀਂ ਗੁਲਸ਼ਨ ਕੇ ਤਹਫ਼ੁਜ਼ ਕੀ ਕਸਮ ਵਿੱਚ ਖਾਈ ਲਓ ਜੀ ਮੇਰੀ ਗੱਲ ਸੁਣੋ ਭੈਣ ਤੁਸੀਂ ਦੋਵੇਂ ਨੇ ਇੱਥੇ ਲੜਾਈ ਕਰਨੀ ਦੋਵਾਂ ਚੋਂ ਇੱਕ ਜਾਣਾ ਦੂਜੇ ਨੂੰ ਮਾਰ ਦੇਵੇ ਜਾਨੋ ਜਦੋਂ ਡਾਕਟਰ ਕਹਿ ਦੇਗਾ ਕਿ ਭਾਈ ਦਿਸ ਇਜ਼ ਇਜ਼ ਆਈ ਐਮ ਸੌਰੀ ਐਕਸਪਾਇਰ ਜਿਹੜਾ ਬਾਜੇਗਾ ਉਹਨੂੰ ਮੈਂ ਗੱਡੀ ਲੈ ਦਾਂ ਲਾਹੌਰ ਜਾਣ ਆਣ ਬੜਾ ਰੌਲਾ ਬਣਦਾ ਫੈਸਲ ਕੀ ਹੋ ਜਾਏਗਾ ਮਰ ਜਾਏਗਾ ਕੁਛ ਵੀ ਨੀ ਹੋਣਾ ਤੁਹਾਡੇ ਵਿਛਾਉਣੀ ਅੱਗੇ ਬੋਲੀ ਬੰਦ ਹੋਣੇ ਵਿਚਾਰ ਦਾ ਰਿਸਕ ਲਾ ਜਾਣਾ ਚਲੋ ਆਹੋ ਯਾਰ ਚਲ ਮੇਰਾ ਲੱਦਾ ਬਣ ਜੂ ਫੈਸਲ ਇੱਕ ਮਿੰਟ ਹੱਥੇ ਤੇ ਕਰੋ ਨਹੀਂ ਨਹੀਂ ਕੁਛ ਨੀ ਕਰਦਾ ਹਲੇ ਫਿਲਹਾਲ ਕੁਛ ਨੀ ਕਰਦਾ ਨਹੀਂ ਕਰਦਾ ਨਾ ਤੁਹਾਨੂੰ ਮੈਂ ਉਹਦੇ ਲੂਣ ਮਿਰਚ ਵਾਲਾ ਡੰਡਾ ਲਿਆ ਕੇ ਦਿੰਦਾ ਓਕੇ ਠੀਕ ਹੈ ਜੀ ਇਹ ਇੱਦਾਂ ਹੀ ਰਹੇ ਡੰਡਾ ਮੈਂ ਮਾਰਾਂਗਾ ਓਕੇ ਇੱਕ ਵਾਰੀ ਇੱਥੇ ਇਹ ਹਿੱਲੇ ਨਾ ਮੈਂ ਤੁਹਾਨੂੰ ਗੱਡੀ ਲੈ ਦਿਆਂ ਮਾੜਾ ਚੰਗਾ ਮੇਰਾ ਲੱਦਾ ਬਣ ਜੂਗਾ ਚੱਪਣੀ ਸਿਰਫ ਤੁਸੀਂ ਚੱਪਣੀ ਤੇ ਮਾਰਨਾ ਵਾ ਥੋੜੀ ਯਾਰ ਇੱਕ ਮਿਸਾਲ ਲੱਤ ਵੀ ਫਾਰਕ ਹੋ ਜੇ ਗੱਡੀ ਕਮ ਅਜ਼ ਕਮ 10 ਲੱਖ ਰੁਪਏ ਦੀ ਗੱਡੀ ਇਹ ਵੀ ਤੇ ਹਿਸਾਬ ਮੈਂ ਤੇਰੇ ਤਲੇ ਬੱਚਿਆਂ ਦਾ ਵੀ ਸਾਰੀ ਉਮਰ ਤੇਰੇ ਜੇ ਤੂੰ ਘਰ ਬਵੇਂਗਾ ਮੈਂ ਪੈਸੇ ਦਿਆ ਕਰਾਂਗਾ ਕੁਛ ਵੀ ਹੋ ਜਾਏਗਾ ਇੰਨੇ ਬੰਦੇ ਸੁਣਦੇ ਯਾਰ ਫਰੀਦ ਉੱਥੇ ਬਹਿ ਜਾ ਯਾਰ ਨਹੀਂ ਹੁੰਦਾ ਵਾ ਭਲਾ ਤੈਨੂੰ ਪਤਾ ਉਸਤਾਦ ਸਿੱਕਾ ਸਿੱਟਿਆ ਵਾ ਤੁਸੀਂ ਬਣਨ ਨਹੀਂ ਦੇਣਾ ਕਿਸੇ ਦਾ ਵੀ ਬਣਿਆ ਸਾਰੀ ਸਿਰਫ ਗੱਲਾਂ 'ਚ ਆ ਜਾਂਦੇ ਹੋ ਤੁਸੀਂ ਗੱਲਾਂ 'ਚ ਆਉਂਦੇ ਮੈਨੂੰ ਕਰਾਉਣਾ ਹੋ ਪਰ ਮੈਂ ਤੇ ਨਹੀਂ ਮੈਂ ਆਪਣੀ ਮਿਹਨਤ ਨਾਲ ਲਾਂਗਾ ਗੱਡੀ
ਤੁਸੀਂ ਲੈਣੀ ਗੱਡੀ? ਆਹੋ। ਓਕੇ, ਮੈਂ ਤੁਹਾਨੂੰ ਕੈਂਚੀ ਦਿੰਦਾ, ਤੁਸੀਂ ਇਹਦੇ ਟੋਟਲ ਜਿੰਨੇ ਮਿਨੀਮਮ ਯਾਨੀ ਥੱਲੇ ਤੋਂ ਥੱਲੇ ਕੱਟ ਸਕਦੇ ਸਾਰੇ ਵਾਲ ਕੱਟ ਦੇ, ਟਿੰਡ ਕਰਨੀ ਹੈ। ਠੀਕ ਹੈ, ਠੀਕ ਹੈ, ਕੈਂਚੀ ਪਈ ਹੈ ਤੇ ਤੁਹਾਨੂੰ ਮੈਂ ਗੱਡੀ ਲੈ ਦਾਂਗਾ। ਫੈਸਲ ਡਨ ਕਰ, ਫੈਸਲ ਡਨ ਕਰ, ਮੈਂ ਗੱਡੀ ਤੇਰੇ ਲਈ ਗੱਡੀ ਦੇ ਦੂੰ ਤੇ ਆ ਕੇ ਲੈ। ਇਹ ਜਿਹੜਾ ਮੈਂ ਪੌਜ਼ ਲਿਆ ਨਾ ਉਹ ਇਹੀ ਸੋਚ ਕੇ ਲਿਆ ਕਿ ਇਹਨੇ ਕਹਿੰਦਾ ਡਨ ਕਰ। ਚਲੋ ਚੱਲ, ਹਾਂਜੀ ਲਿਆਓ ਕੈਂਚੀ ਸਤਾਰ, ਕੈਂਚੀ ਮੰਗਾਓ, ਕੈਂਚੀ ਲਿਆਓ, ਲਿਆਓ ਜੀ। ਸਾਜੀ ਤੁਸੀਂ ਇੱਥੇ ਚਾਬੀ ਗੱਲ ਸੁਣ ਲਓ, ਗੱਡੀ ਸੁਣਦੇ ਆ, ਮੈਂ ਗੱਡੀ ਲੈਣੀ, ਗੱਡੀ ਅਸੀਂ ਲੈ ਲੈਣੀ, ਮੈਂ ਤੁਹਾਡੇ ਜੋੜਾਂ 'ਚੋਂ ਗੱਡੀ ਕਦੇ ਨਹੀਂ, ਤੁਸੀਂ ਮੇਰੇ ਵੱਡੇ ਹੋ। ਗੱਡੀ ਦੇਗਾ ਉਸਤਾਦ ਹੋਰ, ਜਿਹੜੀ ਗੱਡੀ ਲੈਣਗੇ ਉਹ ਮੇਰੀ, ਜੋੜਾਂ 'ਚੋਂ ਤੇਰੀ ਗੱਡੀ ਪਹਿਲਾਂ ਹੀ ਕੱਢ ਕੇ ਲੈ ਗਈ ਸਾਰਾ ਕੁਛ, ਹੁਣ ਤੁਸੀਂ ਜੋੜਾਂ 'ਚੋਂ ਗੱਡੀ ਕੱਢਣੀ। ਲਿਆਓ ਲਿਆਓ ਕੈਂਚੀ ਲਿਆਓ ਬਾਈ, ਉਹ ਮਾਲੀ ਵਾਲੀ ਕੈਂਚੀ ਗਿਆ ਸੀ, ਉਹ ਲਿਆ ਦੇਣੇ ਸ਼ੁਤਰਮੁਰਗ ਬਣ ਜਾਣਾ ਦੇਖੀ ਤੂੰ। ਆਓ ਜੀ ਇੱਧਰ, ਆਓ ਜੀ ਭੁੱਖੜ ਪਾ ਦਿਓ ਜ਼ਰਾ। ਸਾਰੇ ਕੱਟੇ ਜਾਣਗੇ ਉਸ ਤੋਂ ਬਾਅਦ, ਯਾਨੀ ਇੱਕ ਦਿਨ ਲੱਗ ਜਾਣ, ਦੋ ਦਿਨ ਲੱਗ ਜਾਣ, ਗੱਡੀ ਲੈ ਕੇ ਦੇਣੀ ਨਾ ਮੈਂ, ਮੈਂ ਤਾਂ ਹਫਤੇ ਦੇ ਵਿੱਚ ਗੱਡੀ ਲੈ ਦਾਂਗਾ। ਇੰਜ ਨਹੀਂ ਉਹਨੇ ਲਹਾਓ, ਮੈਂ ਤਾਂ ਮੈਂ ਦੱਸਣ ਲੱਗਾ, ਮੈਂ ਦੱਸਣ ਲੱਗਾ ਤੁਹਾਨੂੰ। ਆ ਦੇਖੋ ਸਰ, ਇਹ ਜਿਹੜਾ ਨਾ ਮੈਂ ਕਿਹਾ ਮਿਨੀਮਮ ਨਹੀਂ ਕੱਟਦਾ ਯਾਰ, ਮੈਂ ਨਹੀਂ ਕੱਟਦਾ, ਮੈਂ ਕਵਾਲ ਵੀ ਨਹੀਂ ਕੱਟੂਗਾ। ਇਹ ਐ ਪੈ ਗਿਆ ਇੱਥੋਂ, ਹਾਂਜੀ। ਅੱਛਾ ਇਹਦੇ ਚ ਇੱਕ ਚੀਜ਼ ਦਾ ਫੈਸਲਾ ਕਰ ਲਓ ਫੈਸਲ ਸਾਹਿਬ, ਪਤਾ ਕੀ ਗੱਡੀ ਉਹ ਜਿਹੜੀ ਤੁਹਾਨੂੰ ਮਿਲਦੀ ਹੈ ਅੱਜ ਹੀ ਦੇਣੀ ਨਾ ਹਫਤੇ ਚ, ਯਾਰ ਅੱਜ ਮੈਂ ਕਿੱਦਾਂ ਲੈ ਦੂੰਗਾ, ਕਦੋਂ ਦੋਗੇ? ਹਫਤੇ ਦੇ ਵਿੱਚ ਲੈ ਦਾਂਗਾ, ਦੇਖ ਕੇ ਚੰਗੀ ਤਰ੍ਹਾਂ ਲੈਣੀ ਕਿ ਨਹੀਂ। ਜੜ ਤੋਂ ਪਾਉਣੀ ਯਾਰ, ਇੱਕ ਮਿੰਟ ਫੈਸਲ ਭਾਈ, ਫੈਸਲ ਜੜ ਤੋਂ ਪਾ ਯਾਰ, ਜੜ ਤੋਂ ਤੂੰ ਤਾਂ ਇਹਨੂੰ ਕਹਿੰਦਾ ਲਾਉਣੇ ਆ। ਤੈਨੂੰ ਮੈਂ ਕਿਹਾ ਘਰ ਦੀ ਖੇਤੀ ਆ, ਉਹ ਤੇਰੇ ਘਰ ਦੀ ਥੋੜੀ, ਮੇਰੇ ਘਰ ਦੀ ਆ, ਮੈਨੂੰ ਪਤਾ ਕਿੱਦਾਂ ਹੋਣੀ ਯਾਰ। ਮੈਂ ਨਹੀਂ ਯਾਰ, ਕੈਂਚੀ ਨਾ ਮਰਵਾ ਲੈਣਾ ਯਾਰ, ਇੱਕ ਮਿੰਟ ਕੱਪੜਾ ਪਾ ਲਓ ਇੰਜ ਵਾਲ ਚੁੱਕ ਯਾਰ, ਫੈਸਲ ਨਾ ਯਾਰ, ਉਸਤਾਦ ਜੀ ਪਤਾ ਕੀ ਇਹਨੇ ਜਨਮ ਕੱਟ ਦੇਣਾ ਯਾਰ, ਕਹਿਣ ਵੱਡੀ ਕਰ ਦੇਣਾ। ਨਹੀਂ ਯਾਰ, ਵਾਜੂ ਵੀ ਕੈਂਚੀ ਵਾਜੂ, ਛੱਡ ਦੇ ਆ ਜਾਓ। ਚਲੋ ਯਾਰ ਲੜਾਈ ਜੇ ਤਾਂ ਪਤਾ ਲੱਗ ਗਿਆ, ਫੇਰ ਹੋ ਗਿਆ। ਤਾਂ ਜੀ ਵੇਖਿਆ ਤੁਸੀਂ ਆਪਣੀ ਗੱਲ ਤੋਂ ਫਿਰ ਗਏ, ਮੈਂ ਉਹਦੇ ਵਾਲ ਕੱਟ ਦੇਣੇ ਸੀਗੇ। ਮੈਂ ਪ੍ਰੂਫ ਦਿੱਤੇ, ਉਹ ਜਦੋਂ ਲੱਕੜ ਦਾ ਬਣਾਉਣ ਡੇ ਨੇ, ਕਹਿੰਦੇ ਯਾਰ ਜਦੋਂ ਤੇਰੀ ਲੱਤ ਟੁੱਟਣੀ ਨਾ ਤੂੰ ਲੱਕੜ ਵਾਲਾ ਯੂਜ਼ ਕਰਨਾ। ਕੁਛ ਅਰਸੇ ਬਾਅਦ ਮੇਰਾ ਐਕਸੀਡੈਂਟ ਹੋ ਗਿਆ, ਮੈਂ ਉਹ ਯਾਰ ਉਹ ਬੰਦੇ ਨੇ ਮੈਨੂੰ ਕਲਿੱਪ ਯਾਰ ਸੈਂਡ ਕੀਤਾ ਯਾਰ, ਦਾਦਾ ਜੀ ਕਹਿੰਦਾ ਉਸਤਾਦ ਜੀ ਹਲਕੇ ਜੇ ਸੈਮਸੰਗ ਵੀ ਗੱਡੀ ਤਾਂ ਗਿਆ ਓਵਰ ਰੱਖਿਆ ਵੀ ਰਹਿੰਦਾ। ਅੱਛਾ ਆਪਣੇ ਤੇ ਨਿਆਣੀ ਮੈਂ ਗੱਡੀ ਮਾੜੀ ਲੈ ਲਈ ਆ, ਵੀ 5-7 ਲੱਖ ਦੀ ਕਿਹੜੀ ਗੱਡੀ ਆਉਂਦੀ ਯਾਰ, ਕਿਹੜੀ ਗੱਡੀ ਆਉਂਦੀ? ਮੈਂ ਤੁਹਾਨੂੰ ਦੱਸਾਂ ਜੈਨੂਅਨ ਸੱਚੀ ਗੱਲ, ਚਲ 10 ਲੱਖ ਰੁਪਏ ਦੀ ਬਿਹਤਰੀਨ ਕੋਰੇ ਗੱਡੀ ਆਉਣੀ। ਚਲੋ ਲੈ ਦੋ, ਠੀਕ ਹੈ ਜੀ, ਹਾਂਜੀ। ਔਰ ਕੋਰੇ ਵਰਗੀ ਛੋਟੀ ਗੱਡੀ ਆਈ ਕੋਈ ਨਹੀਂ। ਹਾਂਜੀ ਓ ਯਾਰ ਫੈਸਲ, ਇਹਨਾਂ ਦੇ ਯਾਰ ਦੇ ਕੋਲ ਕੋਰੇ ਖੜੀ, ਉਹਨੇ ਕਿਹਾ ਵੇਚਣੀ ਨਹੀਂ 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 ਦਵਾ ਦਿਓ, ਆਪਾਂ ਆਪਾਂ ਦੇਖ ਕੇ ਸਹੀ ਕਰਕੇ ਲਵਾਂਗੇ। ਜੀ ਗੱਲ ਪਤਾ ਜੀ, 7 ਦੀ ਤੇਰੀ ਵੇਖ ਰਹੀ ਹੈ, ਆਹੋ 7 ਦੀ ਤੁਹਾਨੂੰ, ਇਹ 7 ਦੀ ਤੁਸੀਂ ਰੱਖਣੀ ਤੇ ਨਹੀਂ, ਮੈਂ ਨਹੀਂ ਰੱਖਣੀ, ਮੈਂ ਰੱਖਣੀ, ਰੱਖ ਲਓ ਮੇਰੇ ਕੋਲ 10 ਦੀ ਅੱਗੇ ਇੱਕ ਮਸ਼ੀਨ ਵੀ ਪਈ, 7 ਦੀ ਮੈਂ ਰੱਖ ਲਵਾਂ। ਅੱਛਾ ਛੱਡ ਦਿਆ ਕਰੋ, ਬਸ ਕਰੋ, ਅੱਲਾ ਨੇ ਇੰਨਾ ਦਿੱਤਾ ਵਾ, ਹਾਲੇ ਵੀ
ਦਸ ਸੱਤ ਦੀ ਇਹ ਵਿੱਚ ਤਿੰਨ ਕੋਲੋਂ ਬਾਅਦ ਤੈਨੂੰ ਮੈਂ ਦਸ ਦੀ ਕੋਰੇ ਅੱਛੀ ਲੈ ਦੇਣਾ। ਉਹ ਨਾ ਉਹਨੇ ਕੋਈ ਪੈਸਾ ਨਹੀਂ ਲਵਾਉਣਾ, ਕੋਈ ਗੱਲਬਾਤ ਨਹੀਂ, ਔਰ ਲਵਾਂਗੇ ਉੱਥੇ ਜਿਹੜੀ ਘੱਟ ਚੱਲੀ ਹੋਗੀ। ਮੈਂ ਇੱਕ ਬੰਦੇ ਦੇ ਕੋਲ ਜਦੋਂ ਗੱਡੀ ਲੈਣੀ ਚਾਚੇ ਕੋਲ ਖਪਤੀ ਚਾਚਾ ਭਾਅ ਜੀ ਮੈਂ OLX ਤੇ ਦੇਖਿਆ ਯਾਰ 5-7,000 ਕਿਲੋਮੀਟਰ ਚੱਲੀ। ਹਾਂ 12 ਮਾਡਲ। ਇਹ ਕਦੋਂ ਵੇਖੀ ਸੀ? ਦੋ ਤਿੰਨ ਸਾਲ ਹੋਏ ਹੁਣ ਤੇ ਮੈਂ ਚਲਾ ਗਿਆ ਉਹਦੇ ਕੋਲ। 5-7,000 ਸੁਣ ਤੇ ਲਾ ਨਾ ਅੱਗੋਂ ਬਾਬੇ ਦੀ ਤੇ ਗੱਲ ਸੁਣ। ਮੈਂ ਕਿਹਾ ਜੀ ਕਿੰਨੇ? ਤੇ ਉਹਦਾ ਰੇਟ ਹੈਗਾ ਸੀ 10 ਲੱਖ ਰੁਪਇਆ ਉਸ ਟਾਈਮ। ਮੈਨੂੰ ਕਹਿੰਦਾ ਮੈਂ 12 ਲੱਖ ਰੁਪਇਆ ਲੈਣਾ, 1 ਰੁਪਇਆ ਘੱਟ ਨਹੀਂ ਲੈਣਾ। ਮੈਂ ਕਿਹਾ ਜੀ ਗੱਡੀ ਤੇ ਚੈੱਕ ਕਰਾਓ। ਉਹਦਾ ਵਸ ਨਹੀਂ ਚੱਲਿਆ, ਨਹੀਂ ਤੇ ਉਹਨੇ ਮੈਨੂੰ ਕਹਿਣਾ ਸੀ ਪਹਿਲੇ ਹੱਥ ਧੋ ਕੇ ਆਓ ਜੀ। ਉਹਨੇ ਗਰਾਜ ਖੋਲਿਆ, ਗੱਡੀ ਬਾਹਰ ਕੱਢੀ ਫੈਸਲ ਸਾਹਿਬ, ਮੈਨੂੰ ਇੰਜ ਲੱਗਾ ਸ਼ੋਰੂਮ ਚੋਂ ਆਈ ਗੱਡੀ ਬਾਹਰ। ਅੱਗੋਂ ਦੀਆਂ ਗੱਲਾਂ ਸੁਣ। ਮੈਂ ਉਹਨੂੰ 11 ਲੱਖ ਰੁਪਇਆ ਲਾ ਦਿੱਤਾ। ਮੇਰੇ ਕੋਲ 9-9.5 ਸੀ, ਮੈਂ ਉਹਨੂੰ 11 ਲਾ ਦਿੱਤਾ ਉਹ ਗੱਡੀ ਵੇਖ ਕੇ। ਉਹਨੇ ਕਿਹਾ ਮੈਂ 5,000 ਰੁਪਇਆ ਵੀ ਨਹੀਂ ਛੱਡਣਾ, ਮੈਂ 11.95 ਦੀ ਵੀ ਨਹੀਂ ਦੇਣੀ। ਮਾਰਕੀਟ ਵੈਲਿਊ 10-10.5 ਦੀ ਸੀ, 10 ਦੀ ਗੱਡੀ ਸੀ, ਹਾਲਤ ਦਾ 50,000 ਹੋਰ ਉੱਤੇ ਪਾ ਲਓ, ਇਸ ਤੋਂ ਉੱਤੇ ਨਹੀਂ ਸੀ। ਉਹਨੇ ਕਿਹਾ ਜੀ ਮੈਂ ਇੱਕ 5 ਰੁਪਈਏ ਵੀ ਨਹੀਂ ਛੱਡਣੇ। ਉਹਨੇ ਕਹਿੰਦਾ ਟਰਾਈ ਲਵੋ ਭਾਅ। ਮੈਂ ਸਰਫ ਮਾਰਿਆ, ਮੈਂ ਗੱਡੀ ਲੈ ਗਿਆ, ਮੇਰੇ ਮੌਲਾ। ਮੈਂ ਕਿਹਾ ਚਾਚਾ ਜੀ ਚਲਾਈ ਨਹੀਂ? ਕਹਿੰਦਾ ਨਹੀਂ, ਸਿਰਫ ਮੈਨੂੰ ਇਹਦਾ ਸ਼ੌਕ ਆ ਗੱਡੀ ਦਾ। ਐਡੀ 3-4 ਹਜ਼ਾਰ ਕਿਲੋਮੀਟਰ ਚੱਲੀ ਨਾ, ਉਹ ਵੀ ਮੈਂ ਤਾਂ ਘਰੋਂ ਕੱਢਿਆ ਵਾ, ਚੱਕਰ ਲਾ ਆਇਆ 10 ਸਾਲ 'ਚ। ਕਹਿੰਦਾ ਮੇਰਾ ਜਵਾਈ ਜੈਨਵਨ, ਕਹਿੰਦਾ ਮੇਰਾ ਜਵਾਈ ਪਹਿਲੀ ਵਾਰੀ ਉਹਨੇ ਮੇਰੇ ਕੋਲ ਗੱਡੀ ਮੰਗੀ ਕਿ ਲਾਹੌਰ ਜਾਣਾ ਜੀ ਫੌਜਗੀਤ, ਅਤੇ ਮੇਰੀ ਧੀ ਨੂੰ ਨਾਲ ਲੈ ਕੇ ਜਾਣਾ ਨਾ ਬੱਚਿਆਂ ਨੂੰ ਮੇਰਿਆਂ ਨੂੰ। ਕਹਿੰਦਾ ਉਹਨੂੰ ਮੈਂ 5,000 ਰੁਪਇਆ ਕੱਢ ਕੀਤਾ। ਮੈਂ ਕਿਹਾ ਬੇਟਾ ਲੈ ਰੈਂਟ 'ਤੇ ਲੈ ਜਾ, ਇਹ ਨਹੀਂ ਮੈਂ ਦੇਣੀ। ਇੰਝ ਜੀ ਉਹਨੇ ਸਾਂਭ ਕੀਤੀ। ਰੋਟੀਆਂ ਖਾਣ ਡੇ ਫਿਰ ਮੇਰੇ ਕੋਲ ਬੁਲਾਉਂਦੇ ਹੋ ਸਾਨੂੰ ਗੱਡੀਆਂ। ਉਹਨਾਂ ਨੇ ਕਿਹਾ ਸੀ 10 ਲੱਖ ਹੋਏਗਾ ਤੁਹਾਡਾ। ਇੱਕ ਮਿੰਟ, ਮਹਿਰਾਨ ਤਾਂ ਨਹੀਂ ਸੀ ਲਾਰਾ ਲਾਇਆ ਉਸਤਾਦ ਜੀ ਨੇ ਕਿਹਾ ਸੀ? ਜਿਹੜੀ ਅਸਲ ਗੱਲ ਹੈ ਨਾ ਫੈਸਲ ਸਾਹਿਬ, ਤੁਸੀਂ ਗੱਡੀ ਜਿਹੜੀ ਆ ਇਹ ਗੱਡੀ ਨਾ ਕਿਸੇ ਨੂੰ ਦੇ ਕੇ ਹੀਰੋ ਰੋਡ ਬਿਠਾ ਕੇ ਪਹਾੜਾਂ ਤੋਂ ਸੁੱਟ ਲਓ, ਬਾਕੀ ਅੱਲਾ ਤੁਹਾਨੂੰ ਹੋਰ ਦੇ ਦੇਗਾ। ਗੱਡੀ ਦੀ ਰੀਸ ਹੀ ਨਹੀਂ ਹੈ ਫਰੀਦ, ਲੋ ਜੀ ਭਾਈ ਇਸ ਵੀ ਨਹੀਂ ਹੈ ਭਾਈ। ਗੱਲ ਇਹ ਹੈ, ਚਲੋ ਮੇਰੀ ਗੱਲ ਸੁਣੋ। ਡੀਲ ਸਿੱਧੀ, 100 ਮੁਸ਼ਾਹਰਾ ਤੁਸੀਂ ਮੈਨੂੰ ਰਿਕਾਰਡ ਕਰ ਦਿਓ। ਕਦੋਂ? ਇੱਕ ਮਹੀਨੇ, ਇੱਕ ਮਿੰਟ ਯਾਰ ਗੱਲ ਸੁਣ, ਮੇਰੀ ਪੂਰੀ ਗੱਲ ਸੁਣ। ਅੱਛਾ ਠੀਕ ਹੈ ਜੀ, ਫਰੀਦ ਦੇ ਬਾਰੇ ਦੀ ਗੱਲ। 30 ਮੁਸ਼ਾਹਰੇ ਮਹੀਨੇ ਦੇ, ਮੇਰੀ ਗੱਡੀ ਵਾਲੀ 30 ਮੁਸ਼ਾਹਰੇ ਮਹੀਨੇ ਦੇ ਹੈ ਜੀ।
60 ਕਰ ਦਿਓ, 100 ਕਰ ਦਿਓ ਮੈਨੂੰ। ਮੈਂ ਮਹੀਨੇ ਦੇ ਕਹਿ ਰਿਹਾ ਨਾ, ਤੁਹਾਡੀ ਹਿੰਮਤ ਮਹੀਨੇ 'ਚ ਨਹੀਂ ਨਾ 100 ਕਰ ਸਕਦੇ ਤੁਸੀਂ, ਚਾਰ ਰੋਜ਼ ਦੇ ਨਹੀਂ ਹੋਣੇ, ਠੀਕ ਹੈ। ਫਿੱਕੇ ਨਹੀਂ ਮੈਂ ਲੈਣੇ, ਫਿੱਕੇ ਮੈਂ ਕੱਢ ਕੇ ਬਾਅਦ ਛਾਂਟੀ ਕਰਕੇ ਰੱਖਣੇ ਮੈਂ, ਠੀਕ ਹੈ ਜੀ। ਉਹ ਮੈਂ ਉਹਨਾਂ ਨੂੰ ਜੱਜ ਬਣਾ ਲੈਣਾ, ਜਿਸ ਮੁਸ਼ਾਇਰੇ ਦੇ ਥੱਲੇ ਉਹਨਾਂ ਨੇ ਕਹਿ ਦਿੱਤਾ ਕਿ ਨਥੀ, ਉਹ ਨਹੀਂ ਕਾਊਂਟ ਹੋਣਾ ਵਿੱਚ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਹਾਂਜੀ ਇਹ ਠੀਕ ਆ, ਉਹ ਕਾਊਂਟ ਹੋਏਗਾ, ਠੀਕ ਹੈ ਜੀ। ਜਿਹੜੀ ਇੱਥੋਂ ਸੈਲਰੀ ਤੁਹਾਨੂੰ ਮਿਲਦੀ ਉਹ ਤੋਂ ਇਲਾਵਾ ਤੁਹਾਨੂੰ ਦੋਵਾਂ ਨੂੰ ਯਾਨੀ ਮੇਰੇ ਵੱਲੋਂ ਤੁਸੀਂ ਇੱਕੋ ਪਾਰਟੀ ਹੋ, ਮੈਂ ਜਿਹੜੀ ਵੀ ਗੱਲ ਕਰਾਂਗਾ ਨਾ ਤੁਸੀਂ ਸਮਝਣਾ ਦੋਵਾਂ ਦੀ ਕਰ ਰਹੇ, ਇਹ ਪਹਿਲੇ ਮੈਂ ਤੁਹਾਨੂੰ ਕਲੀਅਰ ਕਰ, ਠੀਕ ਹੈ ਓਕੇ। 10,000 ਰੁਪਇਆ ਮੁਸ਼ਾਇਰੇ ਦਾ ਲੈ, 100 ਸ਼ੋ ਕਰ ਦਿਓ 10,00,000 ਰੁਪਇਆ ਲੈ। ਚਲੋ ਸਰ ਠੀਕ ਹੋ ਗਿਆ ਅਸੀਂ, ਲੇਕਿਨ ਤੁਸੀਂ ਮੈਨੂੰ ਟਾਈਮ ਦੱਸਣਾ ਕਿ ਅਸੀਂ ਤੁਹਾਨੂੰ ਇੰਨੀ ਦੇਰ 'ਚ, ਔਰ ਮੈਂ ਨਹੀਂ ਹੋਣਾ ਮੁਸ਼ਾਇਰੇ 'ਚ, ਹਾਂ ਮੈਂ ਨਹੀਂ ਹੋਣਾ, ਨਾ ਨਾ ਨਾ, ਮੈਂ ਤਾਂ ਵੈਸੇ ਤੁਹਾਡੇ ਕੋਲ ਕਰਾ ਲਵਾਂ। ਤੁਸੀਂ ਮਿੱਠਾ ਦਾਨਿਸ਼ ਅਤੇ ਇੱਕ ਕਰੈਕਟਰ ਤੁਸੀਂ ਨਾਲ ਹੋ ਕੇ ਹੋਰ ਪਾ ਲਓ, ਤੂੰ ਬਣ ਜਾ ਮੇਨ, ਇਹ ਬਣ ਜਾਵੇ, ਤੁਸੀਂ ਮੈਨੂੰ ਮੁਸ਼ਾਇਰੇ ਕਰਕੇ ਦੇਣੇ ਆ। ਭਾਵੇਂ ਤੁਸੀਂ ਮੈਨੂੰ 3 ਮਹੀਨਿਆਂ ਦੇ ਵਿੱਚ ਦੇ ਦਿਓ 100 ਮੁਸ਼ਾਇਰਾ, 10,00,000 ਰੁਪਏ ਲੈ। ਤੁਸੀਂ ਮੁਸ਼ਾਇਰੇ 'ਚ ਨਹੀਂ ਹੋਣਾ? ਨਹੀਂ ਮੈਂ ਨਹੀਂ, ਮੈਂ ਪਾਗਲ ਹਾਂ, ਮੈਂ ਇੱਥੇ ਬੈਠਾ ਰਹਾਂ, ਮੈਨੂੰ ਕਾਹਦੀ ਸਦਾ ਵਾ, ਮੈਨੂੰ ਕਾਹਦੀ ਸਦਾ ਵਾ, ਦੇਖੋ ਨਾ, ਬਿਲਕੁਲ ਮੈਨੂੰ ਕਾਹਦੀ ਸਦਾ ਵਾ, ਤੁਸੀਂ ਨਹੀਂ ਨਾ ਹੋਣਾ ਨਾ। ਮੈਂ ਖਬਰਾਰ ਛੱਡਿਆ ਨਹੀਂ ਗਾ, ਮੈਂ ਇਨਸ਼ਾਅੱਲਾ ਤੁਹਾਨੂੰ ਇਨਸ਼ਾਅੱਲਾ ਆਉਣ ਵਾਲੇ ਐਪੀਸੋਡਸ ਦੇ ਵਿੱਚ ਨਜ਼ਰ ਆਵਾਂਗਾ। ਕੈਸੀ ਗੱਲ ਚੋਪੀ ਨਜ਼ਰ ਆਏਗਾ। ਅੱਛਾ ਓ ਯਾਰ ਤੁਸੀਂ ਨਹੀਂ ਹੋਣਾ, ਤੁਸੀਂ ਇੱਕ ਇੱਕ ਵਾਰ ਯਾਰ ਫਸਾ ਓ ਯਾਰ ਸਾ ਤੁਹਾਡੇ ਕੋ ਮਾਰ ਲੋ ਚਪੇੜ ਮਾਰਦੇ ਜਾ ਯਾਰ, ਮਿਹਨਤ ਹੀ ਆ ਆਪਣੀ ਲੂਮਾਂ ਤੇ ਤਵੱਜੋ ਦੇ। ਪਤਾ ਕੀ ਗੱਲ ਉਸਤਾਦ ਜੀ, ਮੈਂ ਇਹ ਕਹਿਣ ਡਿਆ ਵਾਂ ਤੁਹਾਡੇ ਤੋਂ ਬਗੈਰ ਮੁਸ਼ਾਇਰਾ ਇਹ ਤੁਸੀਂ ਸੋਚ ਸਕਦੇ ਹੋ ਕਿ ਕਾਮਯਾਬ ਹੋ ਜੂ ਸਾਡਾ? ਸੋਚ ਹਾਂ ਹੋਜੂ, ਠੀਕ ਹੈ ਉਸਤਾਦ ਜੀ, ਤੁਸੀਂ ਸੋਚ ਨਹੀਂ, ਮੈਂ ਇਹ ਨਹੀਂ ਤੁਹਾਡੀ ਮੁਬਾਲਗਾ ਰਹੀ ਹੈ ਕੋਈ ਤੁਹਾਡੀ ਬਣੀ ਹੋ ਜਾਏਗਾ ਨਹੀਂ 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 ਪੂਰਾ ਟੋਟਲੀ ਟ੍ਰੇਲਾਂ ਮਾਰੀਆਂ ਕਮੈਂਟਾਂ ਦੀਆਂ, ਅੱਲਾ ਇਹਨਾਂ ਦੀ ਜ਼ਿੰਦਗੀ ਕਰੇ। ਤੁਸੀਂ ਜਦੋਂ ਮਿਸ ਹੋਣਾ ਗੱਲ ਤੇ ਉਹੀ, ਫਿਰ ਯਾਰ ਮੇਰੀ ਗੱਲ ਇੱਕ ਬੰਦਾ ਸਾਡੇ ਚ ਮੈਂ ਮਿਸ ਹੋਇਆ ਜਾਂ ਫੈਸਲ ਹੋਇਆ ਉਹ ਕਹਿੰਦੇ ਭਾਈ ਉਹ ਨਹੀਂ ਹੈ, ਤੁਸੀਂ ਹੋਏ ਤੇ ਕਿਸੇ ਨੇ ਕੀ ਮੰਨਣਾ? ਲਿਸਨ 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 ਨਹੀਂ ਪਾਇਆ ਅਦਰਕ, ਲਿਸਨ ਬ੍ਰਦਰ, ਇਹ ਜੋ ਬਾਤ ਹੋ ਰਹੀ ਹੈ ਨਾ, ਇਹ ਇਨਕੇ ਸਾਹਮਣੇ ਹੋ ਰਹੀ ਹੈ ਜੀ। ਜਿਹੜੀ ਤੂੰ ਗੱਲ ਕਰ ਰਿਹਾ ਉਹ ਇਸ ਤੋਂ ਹੋਏਗਾ ਵੀ ਇੱਕਦਮ ਮੈਂ ਨਹੀਂ ਹੈਗਾ ਤੇ ਉਹ ਖੱਪ ਆਉਣਗੇ ਵੀ ਕਿੱਧਰ ਗਿਆ ਜਾਨੀ। ਇਹ ਗੱਲ ਇਹਨਾਂ ਦੇ ਸਾਹਮਣੇ ਹੋ ਰਹੀ ਆ, ਇਸ ਤੋਂ ਇਹ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੂੰ ਪਤਾ ਕਿ ਇੱਕ ਡੀਲ ਹੋਈ ਆ ਔਰ ਉਹ ਸ਼ਾਮਲ ਨੇ ਇਸ ਡੀਲ ਦੇ ਵਿੱਚ ਸਾਰੇ, ਕਿਉਂਕਿ ਉਹਨਾਂ ਨੇ ਜੱਜ ਉਹ ਨੇ। ਮੈਂ ਇੱਕ ਛੋਟੀ ਜਿਹੀ ਗੱਲ ਕਰਾਂ, ਸਿਰਫ ਅੱਧੇ ਮਿੰਟ 'ਚ ਮੁਕਾਵਾਂਗਾ ਜੀ। ਇਹ ਇਹਨਾਂ ਜਿੰਨੇ ਲੋਕ ਵੇਖ ਰਹੇ ਨੇ ਸਾਡੇ ਸਿਰ ਦਾ ਤਾਜ, ਇਹਨਾਂ ਸਾਰੇ ਜਿਹੜਾ ਪੁੱਛੋ ਇਹ ਕਮੈਂਟਸ ਦੇ ਵਿੱਚ ਦੱਸਣ ਕਿ ਇਹ ਤੁਹਾਡੀ ਇੱਕ ਮਜਬੂਰੀ ਹੈ ਕਿ ਤੁਸੀਂ ਵਿੱਚ ਮੁਸ਼ਾਇਰੇ ਦੇ ਨਹੀਂ ਹੋਗੇ ਬਹਿ ਸਕਦਾ, ਇੱਕ ਮਿਸਾਲ ਆ ਤੇ ਇਹ ਸਾਨੂੰ ਇੱਕ ਐਕਸੈਪਟ ਕਰ ਲੈਣ ਕਰਨਗੇ ਕਰਨਗੇ, ਠੀਕ ਹੈ ਜੀ। ਅਸੀਂ ਇਹਨਾਂ ਦੇ ਇਸ ਸ਼ੋਅ ਤੋਂ ਜਿਹੜੇ ਕਮੈਂਟਸ ਹੋਣਗੇ ਨਾ ਕਲੈਕਟ ਕਰਾਂਗੇ। ਯਾਰ ਦੇਖੋ ਤੁਹਾਨੂੰ ਗੱਡੀਆਂ ਮਿਲਣਗੀਆਂ, ਉਹਨਾਂ ਨੂੰ ਖੁਸ਼ੀ ਹੋਏ, ਲੇਕਿਨ ਉਹਨਾਂ ਨੇ ਇਹ ਵੀ ਤੇ ਨੇ ਉਹਨਾਂ ਨੂੰ ਗੱਡੀਆਂ ਨਾਲ ਆ ਇੱਕ ਮੈਂ ਤੈਨੂੰ ਹੋਰ ਜਾ ਪੇਸ਼ੈਂਟ ਕੋਈ ਮੈਂ ਤੈਨੂੰ ਕਰ ਦਿੰਦਾ ਸਹੀ, ਮੇਰੇ ਕੋਲ ਤਾਂ ਪੁੱਛ ਲਓ ਮੇਰੇ ਯਾਰ ਜਣਾ ਇਹੀ ਕਰਨ ਲੱਗਾ, ਤੈਨੂੰ ਪੇਸ਼ੈਂਟ ਕੋਈ ਕਰਨ ਲੱਗਾ। ਤੂੰ ਸੁਬਹਾ ਸ਼ਾਮ ਮਿਹਨਤ ਕਰਨੀ ਆ ਤੇ ਤੁਸੀਂ ਇੱਕ ਮੈਨੂੰ ਟਾਈਮ ਦੇਣਾ ਨਾ ਲਾਈਕ 3 ਮਹੀਨੇ ਦਾ, ਉਹ 3 ਮਹੀਨੇ ਦੇ ਵਿੱਚ ਜਿਹੜਾ ਟਾਰਗੇਟ ਨਹੀਂ ਨਾ ਪੂਰਾ ਹੋਣਾ ਉਹ ਇਸ ਬੰਦੇ ਨੇ ਤੇਰਾ ਬੇੜਾ ਗਰਾ ਕਰਨਾ। ਇਹ ਮੇਰੇ ਕੋਲ ਕਾਪੀ ਪੈਨਸਲ ਲਿਆ ਤੇ ਮੈਂ ਤੈਨੂੰ ਲਿਖ ਦੇਣਾ ਔਰ ਤੈਨੂੰ ਇਹ ਪਤਾ ਵਾ ਜਲਦੀ ਕਰੋ ਯਾਰ, ਮੈਂ ਬਹੁਤ ਇਹ ਮਹਿਦੂਦ ਮੁਸਤਕਲੀ ਆ, ਮੈਂ ਮੋਢੇ ਨਾਲ ਮੋਢਾ ਲਾ ਕੇ ਖਲੋਣ ਵਾਲਾ ਬੰਦਾ ਉਸਤਾਦ ਜੀ।
ਮੈਂ 100 ਨਹੀਂ ਮੈਂ 150 ਰੀਟਾਈਮ ਕਰਦਾ ਉਹ ਟੀ ਟਾਈਮ ਦੀ ਨਹੀਂ ਗੱਲ ਨਹੀਂ 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 ਮਸ਼ਹਿਰਾ ਟੀ ਟਾਈਮ ਅਸੀਂ ਕਰਨੇ ਚਲੋ ਮੈਂ 150 ਮਸ਼ਹਿਰੇ ਕਰਦਾ ਹਾਂ ਮੈਨੂੰ ਤੁਸੀਂ ਫਾਰਚੂਨਰ ਲੈ ਦਿਓ ਤਿੰਨ ਹੋਰ ਵਿੱਚ ਪਾ ਲਿਓ ਤੁਸੀਂ 20 ਹੋ ਗਿਆ 10 ਦੀ ਤੇਰੀ 10 ਦੀ ਇਹਦੀ ਕਮਾਲ ਕਰਤਾ ਮੈਂ ਉਹਦੇ ਵਿੱਚ ਉਹਦੇ ਚ ਜਿਹੜੀ ਜ਼ਿਆਦਾ ਮਿਹਨਤ ਹੋਏਗੀ ਯਾਨੀ ਤੂੰ ਇਹ ਸੋਚੇਗਾ ਕਿ 7 ਤੇ ਮੇਰਾ ਅੱਗੇ ਹੀ ਸੀ ਤੇ ਮੈਂ 100 ਟੀ ਟਾਈਮ 3 ਲੱਖ ਵਾਸਤੇ ਕੀਤਾ ਤੂੰ ਇਹ ਸੋਚੇਗਾ ਨਾ ਹੁਣ ਉਹਦੇ ਚ ਅਗਲੀ ਇਹਦੇ ਦੀ ਜ਼ਿੰਮੇਵਾਰੀ ਪਾ ਕਿ ਜਿਹੜੇ ਬਾਕੀ 4 ਨੇ ਸਾਰੇ ਉਹ ਸਾਰਾ ਰੇਂਜ ਇਹਨੇ ਕਰਨਾ ਨਹੀਂ ਨਹੀਂ ਲੜਾਈ ਜੀ ਮੈਂ ਕਿਹਾ ਕੋਈ 10-15 ਮਸ਼ਹਿਰੇ ਮੇਰੇ ਕੋਲ ਕਰਾ ਕੇ ਮੇਰਾ ਏਸੀ ਤੇ ਨੀਲ ਕਰੋ ਅੱਛਾ ਜੀ ਮੇਰੀ ਗੱਲ ਸੁਣੋ ਬਾਦਸ਼ਾਹ ਪਤਾ ਕੀ ਗੱਲ ਆ ਅਸਲ ਕਹਾਣੀ ਇਹ ਵਾ ਫੈਸਲ ਸਾਹਿਬ ਤੋਂ ਹਟ ਕੇ ਤੁਸੀਂ ਡੀਲ ਕਰੋ ਨਾ ਇਹ ਮਿੱਠਾ ਪੰਕਚੁਅਲ ਤੇ ਹੈ ਹੀ ਆ ਨਾ 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 ਫੈਸਲ ਤੋਂ ਗੱਡੀ ਦੀ ਗੱਲ ਤੁਹਾਡੀ ਦੋਵਾਂ ਦੀ ਹੋ ਰਹੀ ਹੁਣ ਵਿੱਚ ਨਵੇਂ ਪਾਸੇ ਤੁਸੀਂ ਉਹਨੂੰ ਇਹ ਕਹਿ ਨਹੀਂ ਦੇ ਉਹਨੂੰ ਕੰਪਲਸਰੀ ਨਾ ਕਰੋ ਜ਼ਰੂਰੀ ਨਾ ਕਰੋ ਉਹ ਜਿਹਦੇ 'ਚ ਨਾ ਹੋਇਆ ਤੇ ਅਸੀਂ ਬੈਠੇ ਰਹੀਏ ਬਸ ਜਿਹਦੇ 'ਚ ਨਾ ਹੋਇਆ ਤੇ ਮਸ਼ਹਿਰਾ ਸਹੀ ਨਾ ਹੋਇਆ ਤੇ ਉਹ ਕਹਿ ਦੇਣਗੇ ਕਿ ਭਾਈ ਨਥੀ ਉਹ ਤੁਹਾਡਾ ਕੱਟਿਆ ਜਾਏਗਾ ਯਾਨੀ ਕਿ ਮੈਂ ਹੋਵਾਂ ਨਾ ਹੋਵਾਂ ਡਿਪੈਂਡ ਨਹੀਂ ਮੈਂ ਵੀ ਨਾ ਹੋਵਾਂ ਇਹ ਵੀ ਨਾ ਹੋਵੇ ਤੇ ਇਹ ਘਰੋਂ ਘਰ ਘਰ ਭੇਜੀ ਜਾ ਕਮਰੇ 'ਚ ਬੈਠ ਉਹ ਵੀ ਮੈਂ ਬਣਾ ਮੈਂ ਕਹਿਣ ਦਿਆ ਫੈਸਲ ਸਾਹਿਬ ਨੇ ਕਦੀ ਵੀ ਨੀ ਪੰਕਚੁਅਲ ਹੋਣਾ ਫਿਰ ਅਗਲੀ ਗੱਲ ਕਰ ਲਾਂਗੇ 5 ਦੇ ਕੇ ਕਿਸੇ ਨੂੰ ਗੱਡੀ ਲੈ ਲਾਂਗੇ ਕਹਾਂਗੇ ਬਾਕੀ ਤੈਨੂੰ ਭਾਈ 6 ਮਹੀਨੇ ਚ ਦੇ ਦਾਂਗੇ ਉਹ ਤੇਰਾ ਕੋਈ ਹਿਸਾਬ ਹੋ ਜਾਏਗਾ 5 ਤੇ ਤੇਰੇ ਕੋਲ ਆ ਜਾਏਗਾ ਨਾ 90 ਮਸ਼ਹਿਰੇ ਟੋਟਲੀ ਯਾਨੀ ਫੈਸਲ ਹੋ ਜਾਏਗਾ 6-7 ਦੀ 5-12 ਤੇਰਾ ਫੈਸਲ ਹੋ ਜਾਏਗਾ ਫੈਸਲ ਅੱਛੀ ਗੱਡੀ ਲੈ ਲਿਆ ਤਾਂ ਜੀ ਮੈਨੂੰ ਫਿਰ 10 ਪੂਰਾ ਦਿਓ ਹਜੇ ਦੇਣਾ ਹੀ ਹੈ ਤੇ ਇਹਨੂੰ ਰਹਿਣ ਦਾ ਇਹਨੂੰ ਮੈਂ ਇਹਨੂੰ ਇਹਨੂੰ ਲੈ ਦਾ ਤੁਸੀਂ ਦਿਓ ਇਹ ਕੌਣ ਦੇਖਣਾ ਇਹਨਾਂ ਦਾ ਤੁਸੀਂ ਮੁਹੱਬਤ ਦੇਖਣੀ ਮਸ਼ਹਿਰੇ 200 ਕਰ ਦਿਓ ਲੇਕਿਨ ਆਉਣ ਲਈ ਬਿਠਾਉਣ ਲਈ ਟੋਟਲੀ ਅਰੇਂਜ ਕਰਨ ਲਈ ਫੈਸਲ ਸਾਹਿਬ ਨੂੰ ਬੁਲਾਉਣਾ ਜਾਂ ਤੇ ਫਿਰ ਇਹਨਾਂ ਦੇ ਘਰ ਸੈਟਅਪ ਲੱਗ ਜਾਵੇ ਨਹੀਂ 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 ਘਰ ਨਹੀਂ ਯਾਰ ਜਿਸ ਮੁਸ਼ਾਇਰੇ ਚ ਉਸਤਾਦ ਨੇ ਨਹੀਂ ਨਾ ਬਣਾ ਉਹਦੇ ਚ ਮੈਂ ਨਹੀਂ ਬਹਿਣਾ ਕਿਉਂਕਿ ਮੈਂ ਇੱਥੇ ਰਹਿਣਾ ਨੀ ਮੈਂ ਇੱਥੇ ਰਹਿਣਾ ਹੁੰਦਾ ਨਾ ਮੈਂ ਤੁਹਾਨੂੰ ਕਹਿਣਾ ਸੀ ਪਾਇਣ ਤੁਸੀਂ ਅੰਦਰ ਬੈਠੇ ਹੋਣਾ ਮੈਂ ਹਾਜ਼ਰ ਹਾਂ ਮੇਰੇ 10 ਰੋਜ਼ 10 ਟੀ ਟਾਈਮ ਕੋ ਮੈਂ ਆ ਜਾਂਗਾ ਲੇਕਿਨ ਮੈਂ ਇੱਥੇ ਹੋਣਾ ਨਹੀਂ ਠੀਕ ਅਗਰ ਮੈਂ ਇੱਥੇ ਨਹੀਂ ਹੈਗਾ ਠੀਕ ਮੈਂ ਤੁਹਾਨੂੰ ਉੱਥੇ ਬੁਲਾ ਲੈਣਾ ਜਿੱਥੇ ਮੈਂ ਤੁਹਾਨੂੰ ਮੈਂ ਕਹਿੰਦਾ ਭਾਵੇਂ ਤੁਸੀਂ 10 ਦਿਨ ਉੱਥੇ ਆ ਜਾਓ ਠੀਕ ਤੁਸੀਂ 10 ਦਿਨ ਉੱਥੇ 10 ਦਿਨ ਉੱਥੇ ਆ ਜਾਓ ਉੱਥੇ 10 ਦਿਨਾਂ 'ਚ ਤੁਸੀਂ ਡੇਲੀ ਦੇ 2 ਟੀ ਟਾਈਮ 2 ਮਸ਼ਹਿਰੇ ਕਰਦੇ ਹੋ ਇੱਕ ਮਿਸਾਲ ਆਪਾਂ ਕਰਦੇ ਹਾਂ ਠੀਕ ਹੈ 4 ਆਪਾਂ ਰੋਜ਼ ਦੇ ਕਰਦੇ ਹਾਂ ਠੀਕ ਹੈ ਜੀ ਅਤੇ ਤੁਸੀਂ ਵਾਪਸ ਆ ਜਾਓ 10 ਦਿਨਾਂ ਬਾਅਦ ਅਗਰ ਰਹਿਣਾ ਵਾ ਉੱਥੇ 15 ਦਿਨ ਰਹਿ ਲਓ ਠੀਕ ਹੈ ਠੀਕ ਆ ਨਹੀਂ ਤਾਂ ਨੈਕਸਟ ਮੰਥ ਫਿਰ ਜਦੋਂ ਤੁਹਾਨੂੰ 10-12-15 ਛੁੱਟੀਆਂ ਹੋਣ ਫਿਰ ਆ ਜਾਓ
ਇੱਦਾਂ ਕਰਕੇ ਤੁਸੀਂ ਕਰ ਲਓ, ਮੈਂ ਤੁਹਾਡੇ ਨਾਲ ਬਹਿ ਜਾ। ਦੋ ਮੁਸ਼ਾਇਰੇ ਨੇ ਹਫ਼ਤੇ ਦੇ ਇੱਕ ਮਿਸਾਲ ਆ, ਜਾਂ ਮੁਸ਼ਾਇਰੇ ਛੱਡੋ ਟੀ ਟਾਈਮ ਰੋਜ਼ ਦਾ ਲਾ ਲਓ ਤੁਸੀਂ ਇੱਕ, ਮੈਂ ਇੱਕ ਮਿਸਾਲ ਆ ਉੱਥੇ ਆ, ਮੈਂ ਇੱਥੇ ਆ ਕੇ ਵੀ ਟੀ ਟਾਈਮ ਕਰਨੇ, ਤੁਸੀਂ ਉੱਥੇ ਆ ਜਾਓ। ਜਿਹੜੇ ਟੀ ਟਾਈਮ ਹੋਣੇ ਨੇ ਉਹ ਤੁਹਾਡੇ ਰੈਗੂਲਰ ਹੋਣੇ ਨੇ, ਰੈਗੂਲਰ ਉਹ ਭਾਵੇਂ ਦੋ ਕਰ ਲਈਏ, ਤਿੰਨ ਕਰ ਲਈਏ, ਇੱਕ ਕਰ ਲਈਏ, ਉਹ ਰੈਗੂਲਰ, ਉਹ ਤੁਹਾਨੂੰ ਪਤਾ ਹੁੰਦਾ ਕਿ ਸਾਡੇ ਇੰਨਾ ਬੈਕਅਪ ਪਿਆ ਵਾ, ਉਹ ਤੇ ਰੈਗੂਲਰ ਉਹ ਤੁਹਾਡਾ। ਜਿਹੜੇ ਤੁਸੀਂ ਮੁਸ਼ਾਇਰੇ ਕਰਨੇ ਨੇ ਉਹ ਤੁਸੀਂ ਦੋ ਕਰ ਲਓ। ਮੈਂ ਤੁਹਾਨੂੰ ਇਸ ਤੋਂ ਦੋ ਟੀ ਟਾਈਮ ਦੋ ਮੁਸ਼ਾਇਰੇ ਕਿਹਾ ਕਿ ਤੁਸੀਂ ਚਾਰੇ ਮੁਸ਼ਾਇਰੇ ਕਰੋ ਜਾਂ ਤਿੰਨ ਮੁਸ਼ਾਇਰੇ ਲਿਖਣੇ ਵੀ ਨੇ, ਮੁਸ਼ਾਇਰਾ ਇੱਕ ਥੋੜ੍ਹਾ ਜਿਹਾ ਸਿਸਟਮ ਹੋਰ ਆ, ਤੁਸੀਂ ਦੋ ਵੀ ਕਰ ਲਓ ਰੋਜ਼ ਦੇ ਮੁਸ਼ਾਇਰੇ, ਠੀਕ ਆ ਜੀ। ਅਤੇ ਤੁਸੀਂ 15 ਦਿਨ ਰਹਿੰਦੇ, 12 ਦਿਨ ਰਹਿੰਦੇ, ਤੁਸੀਂ 24-25 ਕਰ ਲਓ। ਚਾਰ ਵਾਰੀ ਆਓਗੇ ਤੁਹਾਡਾ 100 ਮੁਸ਼ਾਇਰਾ ਹੋਣਾ, 10 ਲੱਖ ਰੁਪਇਆ ਤੁਸੀਂ ਕੈਸ਼ ਮੇਰੇ ਕੋਲ ਫੜ ਲਓਗੇ। ਅੱਛਾ ਸਰ ਜੀ, ਮਾਦਰਤ ਨਾਲ ਟੀ ਟਾਈਮ ਤਾਂ ਤੁਸੀਂ ਕਰਨਾ ਕਰਨਾ ਨਾ ਭੈਣ, ਬਾਕੀ ਜਿਹੜਾ ਨਿਜ਼ਾਮ ਉਹ ਤਾਂ ਕਰਨਾ ਨਾ। ਹੁਣ ਮੈਂ ਤੁਹਾਨੂੰ ਕਹਾਂ ਤੁਸੀਂ 3-4 ਮੁਸ਼ਾਇਰੇ ਕਰੀ ਜੋ ਟੀ ਟਾਈਮ ਰਹਿਣ ਦਿਓ, ਕਿਉਂ ਟੀ ਟਾਈਮ ਤਾਂ ਕਰਨਾ ਹੀ ਕਰਨਾ। ਇਹ ਕਿਸੇ ਸਮਝ 'ਚ ਆਉਂਦੀ, ਕਿਉਂਕਿ ਪਤਾ ਕੀ ਹੋਣਾ, ਹਾਂ ਜੇ ਮੈਂ ਇੱਥੇ ਆ ਗਿਆ ਮਤਲਬ ਉਸ ਦੌਰਾਨ ਮੈਂ ਇੱਥੇ ਆ ਜਾਂਦਾ ਤੇ ਫਿਰ ਇੱਥੇ ਆਪਾਂ ਕਰ ਲਿਆ ਕਰਾਂਗੇ। ਓਕੇ ਡਨ ਸਰ ਜੀ, ਕਾਲੂ ਕੀ ਹੁਕਮ ਨਾਲ ਮਕਾਨ ਸ਼ੁਰੂ ਕਰਨਾ ਤੇ ਮੁਸ਼ਾਇਰਾ ਕਰਾਉਣਾ? ਠੀਕ ਹੋ ਗਿਆ, ਕਾਲੂ ਨੇ ਮੁਸ਼ਾਇਰਾ ਸ਼ੁਰੂ ਕਰਨਾ, 70 ਦੀ ਵੀ ਜੋਗਾ ਕਰ ਜੇ ਮੈਂ ਮਰ ਜੂ ਤੈਨੂੰ। ਨਹੀਂ ਨਹੀਂ ਅੱਗੇ 10 ਲੱਖ ਰੁਪਇਆ ਸਾਹ ਜੀ, ਠੀਕ ਆ, ਲੇਕਿਨ ਭੈਣ ਇਹਦੀ ਜ਼ਿੰਮੇਵਾਰੀ ਤੇਰੀ ਆ। ਮੈਂ ਤੁਹਾਨੂੰ ਕਹਾਂ ਭੈਣ ਠੀਕ ਆ, ਮੈਂ ਤੁਹਾਡੀਆਂ ਟਿਕਟਾਂ ਕਰਾਤੀਆਂ, ਆ ਜਾਓ, ਇਹ ਅੱਗੋਂ ਤੈਨੂੰ ਕੋਈ ਕਹਾਣੀ ਸੁਣਾਵੇ ਤੇ ਤੂੰ ਜ਼ਿੰਮੇਵਾਰ ਆ। ਮੈਂ ਪਹਿਲੇ ਤੁਹਾਨੂੰ ਪੁੱਛ ਕੇ ਕਰੂੰਗਾ ਸਭ ਕੁਛ, ਮੈਂ ਮੁੰਡੇ ਪਵਾ ਦੇਣੇ। ਮੈਨੂੰ ਫਰਿੱਜ ਦੇ ਉੱਪਰ ਓਏ ਜ਼ਬੰਬਿਆ, ਮੈਂ ਗਬੂਬਿਆ, ਮੈਨੂੰ ਪਤਾ ਤੇਰਾ ਭਾਜੀ ਗੋਲ ਬੜਾ ਬੋਕਰ ਕਾ ਕਰਨ ਨੇ, ਕੋਈ ਇਦਾਂ ਨਾ ਕਰੇਗਾ, ਬੁਰਾ ਲੱਗਦਾ। ਮੈਨੂੰ ਕਿਸੇ ਨੇ ਆਰਡਰ ਉਡਰ ਨੀ ਲਾਣਾ, ਮੈਂ ਕਿਸੇ ਦਾ ਮੁਤਾਇਦ ਨੀ ਹੈ ਸਵਾਏ ਉਸਤਾਦ ਜੀ ਦਾ। ਉਸਤਾਦ ਜੀ ਮੈਨੂੰ ਜੋ ਮਰਜ਼ੀ ਕਹਿਣ, ਮੈਨੂੰ ਗਾਲਾਂ ਕੱਢਣ, ਬੁਲਾਣ, ਉਸਤਾਦ ਜੀ ਤੁਸੀਂ ਇਹਨਾਂ ਨੂੰ ਇਹ ਵੀ ਨੀ ਕਹਿਣਾ ਕਿ ਫੈਸਲ ਨੂੰ ਕੁਛ ਹੋਰ ਹੀ ਰੈਡੀ ਹੋ, ਮੈਨੂੰ ਤੁਸੀਂ ਡਾਇਰੈਕਟ ਕਹਿਣਾ, ਕਿਉਂਕਿ ਉਸਤਾਦ ਜੀ ਤੁਸੀਂ ਮੇਰੇ ਮਾਈ ਬਾਪ। ਮੈਨੂੰ ਲੈ ਕੇ ਦਿਓ ਤੁਸੀਂ ਆਪ। ਤੋਜ਼ਾ ਇੱਕ ਮਿੰਟ ਉਸਤਾਦ ਜੀ, ਜਿਹੜੀ ਗੱਲ ਤੁਸੀਂ ਕੀਤੀ ਨਾ ਉਹਦੇ ਚ ਉਹੀ ਰੌਲਾ ਬਣਦਾ ਪਿਆ ਕਿ ਪੰਕਚੁਅਲਿਟੀ। ਫੈਸਲ ਸਾਹਿਬ ਇਸ ਗੱਲ ਤੋਂ ਦੌੜਦੇ ਕਿ ਮੈਨੂੰ ਕੋਈ ਬੰਦਾ ਕਵੇਗਾ ਨਾ ਪ੍ਰੋਪਰ ਕੇ ਕੰਮ ਕਰਨਾ ਵਾ, ਉਹ ਨੀ ਇਹਨਾਂ ਕੋਲ ਹੋਣਾ। ਉਹ ਭਰਾਵਾ ਆਮਦ ਦੀ ਗੱਲ ਵਾ, ਸੁਣ ਲੈ ਸੁਣ, ਮੁਸ਼ਾਇਰਾ ਕਿੱਥੋਂ ਲਿਆਵਾਂ ਦੱਸੀ ਓਏ ਯਾਰ। ਜਦੋਂ ਗੇਮ ਬੈਗ ਯਾਰ ਤੂੰ ਲਿਖਦਿਆ ਕਰੀ ਯਾਰ, ਮੈਂ ਲਿਖਦਿਆ ਕਰਾਂਗਾ, ਚੱਲ ਲਿਖਦੇ ਲਿਖਦੇ। ਬਲਕਿ ਮੈਂ ਤੁਹਾਨੂੰ ਬੈਸਟ ਹਾਲ ਦੱਸਾਂ, ਤੁਸੀਂ ਚਾਰੇ ਬਹਿ ਕੇ ਜਦੋਂ ਲਿਖੋਗੇ ਨਾ, ਹਾਂ ਅੱਧੇ ਘੰਟੇ ਸਾਰਿਆਂ ਨੇ ਲਿਖ ਲੈਣ। ਚਲੋ ਠੀਕ ਹੈ ਫਰੀ ਸਾਹਿਬ, ਕੱਲਾ ਕੱਲਾ ਕਿਉਂ ਦਿਮਾਗ ਖਪਾਉਂਦਾ ਆਪਣਾ, ਤਿੰਨ ਜਣੇ ਰਲ ਕੇ ਇੱਕ ਨੂੰ ਲਹਾ ਦੇਣ, ਤਿੰਨ ਜਣੇ ਰਲ ਕੇ ਇੱਕ ਨੂੰ ਲਹਾ ਦੇਣ, ਤਿੰਨ ਜਣੇ ਰਲ ਕੇ, ਚਾਰ ਚਾਰ ਜਣੇ, ਏਦਾਂ ਮੁਸ਼ਾਇਰਾ ਹੋਣਾ ਤੁਹਾਡਾ। ਰਫ਼ਤ ਹੀ ਲੈਦਾ ਲੈਦਾ ਕਰਨਾ ਨਾ, ਕਿੰਨੇ ਕੁ ਲਿਖਾਏ ਨੇ ਉਸਤਾਦ ਜੀ ਅੱਗੇ, ਤਰਲੇ ਕਰੀ ਤੇ ਫੋਨ ਨੀ ਖੁਦਾ ਦੀ ਕਿਸਮੇ ਚੁੱਕਦਾ, ਏਦਾਂ ਚਵਲ ਬੰਦਾ ਤੇ। ਹਾਂ ਪੰਕਚੁਅਲ ਹੋ, ਹਾਂ ਫੋਨ ਨੀ ਚੁੱਕਦਾ। ਓ ਯਾਰ ਯਾਰ ਪਲੀਜ਼ ਯਾਰ ਫੈਸਲ ਸਾਹਿਬ, ਤੁਸੀਂ ਫਿਰ ਇੱਥੇ ਇੰਨੇ ਬੰਦੇ ਸੁਣਦੇ ਆ, ਐਵੇਂ ਵੱਡੇ ਹੈਗੇ ਚਪੇੜਾ ਖਾਓ। ਅੱਛਾ ਭਾਈ ਜਾਨ ਮੇਰੀ ਗੱਲ ਸੁਣੋ, ਲਓ ਜੀ ਮੈਂ ਹੋਰ ਤੁਹਾਨੂੰ ਗੱਲ ਦੱਸ ਦਿੰਦਾ, ਹੋਰ ਕੋਈ ਆਪਸ਼ਨ ਦੱਸੋ ਇਸ ਤੋਂ, ਹੋਰ ਆਪਸ਼ਨ ਦੱਸ ਦਿੰਦਾ ਭਾਈ। ਠੀਕ ਹੈ ਜੀ ਭਾਈ, ਲਓ ਜੀ ਭਾਈ ਕੈਂਸਲ। ਨਹੀਂ ਤੁਹਾਨੂੰ ਤੁਸੀਂ 10 ਦਿਨ 12 ਦਿਨ ਹੁੰਦੇ ਹੋ ਉੱਥੇ ਮਹੀਨੇ 'ਚ ਮਜ਼ਾਕ ਰਾਤ, ਇਸ ਤਰ੍ਹਾਂ ਜੀ, ਠੀਕ ਹੈ ਜੀ। ਬਾਕੀ 20 ਦਿਨ ਤੁਸੀਂ ਜਾਂ 18 ਦਿਨ ਤੁਸੀਂ ਇੱਥੇ ਹੁੰਦੇ ਹੋ, ਇਸ ਤਰ੍ਹਾਂ ਜੀ, ਇੱਦਾਂ ਹੀ ਨਾ। ਜਦੋਂ ਤੁਹਾਨੂੰ 10 ਦਿਨ ਹੋਣ, 10 ਦਿਨ। ਅੱਛਾ ਦੂਸਰੀ ਗੱਲ ਇਹ ਆ, ਟੀ ਟਾਈਮ ਦਾ ਰੌਲਾ ਨਾ,
ਟੀ ਟਾਈਮ ਤੁਸੀਂ ਉੱਥੇ ਨਾ ਕਰੋ, ਇੱਕ ਮਿਸਾਲ ਹੈ, ਜਦੋਂ ਟੀ ਟਾਈਮ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਉਦੋਂ ਟੀ ਟਾਈਮ ਕਰ ਲਓ, ਠੀਕ ਹੈ, ਜਦੋਂ ਤੁਸੀਂ ਵੇ ਲਵੋ ਉਦੋਂ ਅਸੀਂ ਸਾਰੇ ਮਸ਼ਹਿਰੇ ਕਰ ਲਿਆ ਕਰਾਂਗੇ, ਆਹੋ ਟੀ ਟਾਈਮ ਨਾ ਕਰਨ, ਤੈਨੂੰ ਰੌਲਾ ਲਿਖਣ ਦਾ, ਜਿੱਥੇ ਮੈਂ ਤੈਨੂੰ ਬੁਲਾਉਣਾ ਨਾ ਉੱਥੇ ਮੈਂ ਨੀ ਵਿਹਲੇ ਹੋਣਾ, ਮੈਨੂੰ ਕੋਈ ਕੰਮ ਨਹੀਂ, ਉੱਥੇ ਮੈਂ ਤੇਰੇ ਨਾਲ ਬਹਿ ਕੇ ਲਿਖਾਇਆ ਕਰਾਂਗਾ ਫੈਸਲਾ, ਲਿਖ ਲਾ ਲੈ, 15 ਮਿੰਟ ਚ ਮੈਂ ਤੈਨੂੰ ਮਸ਼ਹਿਰਾ ਲਿਖਾ, ਅਸੀਂ ਸਾਰੇ ਲਿਖਾ ਰਿਹਾ, ਹਾਂ ਜੀ ਠੀਕ ਹੋ ਗਿਆ, ਮੈਂ ਲਿਖਾ ਦਾਂਗਾ, ਗੱਲ ਇਹ ਤੂੰ ਹਿੰਮਤ ਤੇ ਕਰੋ ਨਾ ਥੋੜੀ, ਸਾਹ ਜੀ ਉੱਥੇ ਕਰੋ, ਠੀਕ ਹੋ ਗਿਆ, ਤੈਨੂੰ ਮਸ਼ਹਿਰੇ ਦੇ ਵਿੱਚ ਇਹਨੂੰ ਸ਼ੁਰੂ ਤੋਂ ਇਹ ਰੌਲਾ ਵਾ ਕਿ ਵੀ ਮੈਂ ਜੋ ਚਾਹੁੰਦਾ ਨਾ ਉਹ ਮੇਰਾ ਬਣੇਗਾ ਤੇ ਮੈਂ ਜਾ ਕੇ ਕਹਿਣਾ, ਉਹ ਪੁਆਇੰਟ ਅਸੀਂ ਤੁਹਾਨੂੰ ਬਣਾ ਦਿਆ ਕਰਾਂਗੇ, ਆਹੋ ਸਾਹ ਜੀ ਟੌਪਿਕ ਤੁਹਾਨੂੰ ਦੇ ਦਿਆ ਕਰਾਂਗੇ, ਲਿਖੀ ਜਾ ਕਰਾਂਗੇ, ਛੱਬੀ ਰੈਟਰ ਬੁਲਾ ਕੇ ਦੇਖ ਲੈਣੇ, ਛੱਬੀ ਸਾਰੇ ਬੁਲਾ ਕੇ ਦੇਖ ਲੈਣੇ, ਸਾਡੀ ਗੱਲ ਨਹੀਂ ਆਉਂਦੀ ਉੱਥੇ, ਨਹੀਂ ਉਹ ਹਿਸਾਬ ਨੀ ਬਣਦਾ, ਅੱਛਾ ਉਹ ਤੇ ਗੱਡੀ ਦੀ ਤੇ ਉਸਤਾਦ ਜੀ ਮਾੜੀ ਨੀ, ਚਲੋ ਮੈਂ ਉਹ ਪਲਾਟ ਇੱਕ ਲੈਣਾ ਸੀ, ਉਹਦਾ ਵੀ ਵਿੱਚ ਡੀਲ ਕਰੋ, ਕਿੰਨੇ ਮਸ਼ਹਿਰੇ ਪਲਾਟ ਦੀ ਡੀਲ ਕਰ ਲਓ, ਚਾਰ ਮਸ਼ਹਿਰੇ ਹੋਰ ਕਰੋ ਵਿੱਚੋਂ, 40 ਇੱਕ ਕਰਾ ਲਓ, ਪਲਾਟ ਇੱਕ ਲੈ ਦਿਓ, ਕਫਨ ਕੁਫਨ ਦਾ ਵੀ ਕਰਾ ਲਾ, ਕੱਲ ਨੂੰ ਸੜਕ ਦਾ ਵੀ ਕਹਿ ਦੇਗਾ, ਪਲਾਜੇ ਦਾ ਵੀ ਕਹਿ ਦੇਗਾ, ਸਾਡੀ ਆਪਣੀ ਸਵਾਬਦੀ ਦਾ ਅਸੀਂ ਕੰਮ ਕਰਕੇ ਤੁਹਾਨੂੰ ਵਿਖਾਈਏ, ਲੇਕਿਨ ਉਸਤਾਦ ਜੀ ਗੱਡੀ ਇੱਕ ਸਾਈਡ ਤੇ ਰਹੀ, ਗੱਡੀ ਛੱਡ ਦਿਓ, ਕੋਈ ਸੈ ਨੀ ਚਾਹੀਦੀ ਉਸਤਾਦ ਜੀ, ਸਿਰਫ ਤੁਸੀਂ ਕੰਮ ਹੁਣ ਤੁਸੀਂ ਸਾਡੇ ਤੋਂ ਸਾਨੂੰ ਕੱਢ ਕੇ ਕਹੋ ਨਾ ਵੀ ਤੁਸੀਂ ਲੈਦਾ ਕਰੋ ਤੇ ਮੈਂ ਕੱਲਾ ਜਾਣਾ, ਉੱਥੇ ਤੁਸੀਂ ਵਿਹਲੇ ਰਹਿਣ ਜਾਂਦੇ, ਸਿਰਫ ਇਹ ਭਾਰਾ ਯਾਰ ਫੈਸਲ ਸਾਹਿਬ ਆਪਣੀ ਸਿਹਤ ਦਾ ਖਿਆਲ ਕਰੋ, ਤੁਸੀਂ ਥੋੜਾ ਫਿੱਟ ਹੋਵੋ, ਤੁਹਾਨੂੰ ਆਉਣ ਵਾਲੇ ਵਕਤ ਚ ਪ੍ਰੋਬਲਮ ਕਰੇਗਾ, ਪਾਕਿਸਤਾਨੀਆਂ ਕਰੇਗਾ, ਪ੍ਰੋਬਲਮ ਕਰ ਰਹੇ ਆ, ਰਾਸ਼ਨ ਉਹਨੇ ਜੋ ਹਾਲਾਤ ਉਹਨੇ ਕਿਹਾ ਇਹ ਸਾਡੇ ਨਾਲ ਕਰਨ ਡਿਆ ਵਾ, ਘਰ ਪੈਸੇ ਨੇ, ਰਾਤ ਸਾਰੀ ਤਾਸ਼ ਖੇਡਦਾ ਉਸਤਾਦ ਜੀ, ਅੱਗੇ ਹੋ ਕੇ ਉੱਚੀ ਬੋਲ, ਉੱਚੀ ਬੋਲ, ਤੂੰ ਆਉਂਦਾ ਕਹਿੰਦਾ ਸਾਨੂੰ ਮੂੰਹ ਤਾਂ, ਮੈਂ ਪਿੱਛੇ ਬਚ ਗਿਆ ਪਲੱਸ ਚ ਜਾ ਕੇ, ਜਿਹੜੀ ਮੈਨੂੰ ਦਿਲ ਨੂੰ ਲੱਗ ਗਈ, ਹਾਲ ਆਮ ਹੋ ਗਈ, ਉਹਦਾ ਲਿੰਕ, ਉਹਦਾ ਲਿੰਕ ਨੀ, ਸਾਡਾ ਇੱਕੋ ਲਿੰਕ, ਰਲ ਕੇ ਕੰਮ ਕਰਨ ਦਾ, ਬਹੁਤ ਅੱਛੇ ਗੀਟੀਆਂ ਰੱਖ ਕੇ ਨਾਲ ਲੁੱਡੋ ਨਾਲ ਸਿੱਟਣ ਲੱਗ ਪੈਂਦੇ, ਇੱਧਰ ਚਲਾਉਂਦਾ, ਤਿੰਨ ਇੱਧਰ ਚੱਲੇ, ਉੱਧਰ ਹੀ ਮਰ ਗਏ, ਇਹ ਸ਼ਤਰੰਜ ਰੱਖੀ ਹੁੰਦੀ ਖੇਡਦਾ ਲੁੱਡੋ ਹੁੰਦਾ, ਸ਼ਤਰੰਜ ਦਾ ਪਲੇਅਰ ਹਾਂ ਮੈਂ, ਸ਼ਤਰੰਜ ਪਾਇਣ ਕਈ ਕਈ ਸਾਲ ਵੀ ਗੇਮ ਲੱਗੀ, ਉਹ ਪਤਾ ਨੀ ਕਿਹੜੀ ਮੈਨੂੰ ਨੀ ਅਜੇ ਜਿਕਰ ਅਸਲ ਲੌਜਿਕ ਦੀ ਸਮਝ ਲੱਗੀ, ਤੈਨੂੰ ਮੈਂ ਦੱਸਦਾ ਤੂੰ ਵਰਲਡ ਰਿਕਾਰਡ ਆ ਸ਼ਤਰੰਜ ਦਾ, ਦੋ ਬੰਦਿਆਂ ਨੇ ਖੇਡੀ ਹੈ, ਹਾਂਜੀ, ਉਹ ਲੈਦਰ ਲੈਦਰ ਮੁਲਕ ਸੀ, ਉਹਨਾਂ ਨੇ ਆਨਲਾਈਨ ਖੇਡੀ ਲਾਈਕ ਵੀਡੀਓ ਚ, ਓਕੇ, ਕਿੰਨੇ ਸਾਲ ਉਹ ਉਸੇ ਟੇਬਲ ਤੇ ਪਈ ਰਹਿੰਦੀ ਸੀ,
ਉੱਥੋਂ ਕਹਿੰਦੇ ਸੀ ਓਕੇ ਬਈ, ਉੱਥੋਂ ਚੱਲ ਜਾਂਦੇ ਸੀ, ਅਗਲੇ ਦਿਨ ਆ ਕੇ ਬਹਿੰਦੇ ਸੀ, ਉੱਥੋਂ ਸ਼ੁਰੂ ਕਰਦੇ ਸੀ, ਕੈਮਰੇ ਲੱਗੇ ਹੁੰਦੇ ਸਾਰੀ ਜ਼ਿੰਦਗੀ ਖੇਡਦੇ ਰਹੋ, ਇੱਕ ਚੱਲ ਚੱਲ ਕੇ ਯਾਰ ਕੰਮ ਹੋਈ। ਨਹੀਂ 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 ਯਾਰ, ਦੋਵੇਂ ਜ਼ਹਿਨ ਸੀ, ਜ਼ਹਾਨਤ ਦੀ ਗੇਮ ਆ ਸ਼ਤਰੰਜ ਕਹਿੰਦਾ ਜੇ ਯਾਰ ਥੋੜਾ ਉੱਚੀ ਬੋਲ, ਨਾਲੇ ਪਿੰਡੀ ਦਾ ਪਲੇਅਰ ਸੀ ਆਗਾ ਇਮਰਾਨ, ਉਹਨੂੰ ਮੈਂ 15 ਮਿੰਟਾਂ ਚ ਹਰਾਈ ਆ। ਸ਼ਤਰੰਜ ਦਾ ਨਾਨੀ ਗ੍ਰਾਮੀ ਆ ਬੰਦਾ। ਭਾਜੀ ਤੁਸੀਂ ਇੱਕ ਗੱਲ ਦੱਸੋ, ਜਦੋਂ ਜਿੱਤ ਜਾਂਦੇ ਆ ਕੀ ਕਹੀਦਾ ਉਦੋਂ? ਚੈੱਕਮੇਟ ਹਾਂਜੀ, ਆ ਸ਼ਤਰੰਜ ਦਾ ਪਲੇਅਰ, ਅਸੀਂ ਖੇਡਦੇ ਵੀ ਨੀ, ਸਾਨੂੰ ਪਤਾ ਸੱਚੀ ਮੁੱਚੀ ਉਸਤਾਦ ਜੀ। ਦੋ ਨੁਕਰਾਂ ਤੇ ਦੋ ਵੀ ਹੁੰਦੀਆਂ ਨੇ, ਉਹਨਾਂ ਨੂੰ ਕਹਿੰਦੇ ਨੇ ਤੋਪਾਂ, ਤੋਪ। ਓਕੇ, ਠੀਕ ਹੈ। ਉਸ ਤੋਂ ਬਾਅਦ ਅਗਲੇ ਸਟੈਪ ਤੇ ਆ ਜਾਂਦੇ ਨੇ ਹਾਥੀ, ਫੀਲੇ। ਓਕੇ, ਠੀਕ ਹੈ। ਉਸ ਤੋਂ ਬਾਅਦ ਅੱਗੇ ਆ ਜਾਂਦੇ ਨੇ ਬਾਂਦਰ, ਘੋੜੇ 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 ਤੋਂ ਬਾਅਦ ਆ ਜਾਂਦਾ ਬਾਦਸ਼ਾਹ ਤੇ ਵਜ਼ੀਰ, ਠੀਕ ਹੈ। ਅੱਗੇ ਫਿਰ ਆਉਂਦੇ ਨੇ ਅੱਠ ਪਿਆਦੇ, ਠੀਕ ਹੈ। ਘੋੜੇ ਦੀਆਂ ਢਾਈ ਚਾਲਾਂ ਹੁੰਦੀਆਂ ਨੇ, ਇੱਕ ਦੋ ਢਾਈ, ਇੱਕ ਦੋ ਢਾਈ, ਠੀਕ ਹੈ ਨਾ। ਜਿਹੜਾ ਹਾਥੀ ਹੁੰਦਾ ਉਹਨੇ ਉਹਦੀ ਸਿੱਧੀ ਚਾਲ ਹੁੰਦੀ ਹੈ, ਵਾਈਟ ਨੇ ਵਾਈਟ 'ਚ ਜਾਣਾ ਅਤੇ ਬਲੈਕ ਨੇ ਬਲੈਕ 'ਚ ਜਾਣਾ। ਤੋਪ ਹੈ, ਉਹਨੇ ਸਟੇਟ ਜਾ ਕੇ ਮਾਰਨਾ ਹੈਗਾ, ਠੀਕ ਹੈ। ਵਜ਼ੀਰ ਹੈ, ਉਹ ਕਿਤੇ ਵੀ ਜਾ ਸਕਦਾ। ਹਾਂਜੀ ਹਾਂਜੀ, ਵਜ਼ੀਰ ਇਹਨਾਂ ਦੇ ਵਾਸ਼ਰੂਮ 'ਚ ਵੜਿਆ ਸੀ, ਇਹਨਾਂ ਬੂਹਾ ਖੜਕਾ ਕੇ ਮੈਂ ਵਜ਼ੀਰ ਹਾਂ, ਕਿਤੇ ਵੀ ਜਾ ਸਕਦਾ। 3 ਵਜੇ ਬੂਹਾ ਖੜਕਾਉਣ ਡਿਆ, ਕੌਣ ਆ ਮੈਂ ਵਜ਼ੀਰ ਹਾਂ। ਅੱਛਾ, ਫਿਰ ਵਜ਼ੀਰ ਤੋਂ ਬਾਅਦ ਇਹ ਸਾਜੀ ਲੰਮੇ ਪਏ ਤਾਂ ਅੱਗੇ ਵਜ਼ੀਰ ਪਿਆ, ਕਹਿੰਦਾ ਮੈਂ ਕਿਤੇ ਵੀ ਜਾ ਸਕਦਾ। ਵਜ਼ੀਰ ਗਿਆ ਤਾਂ ਕਹਿੰਦਾ ਮੈਂ ਨਾਲ ਹੀ ਜਾਣਾ, ਬਸ ਇੰਨੀ ਹੁੰਦੀ ਇਸ ਤਰ੍ਹਾਂ। ਅੱਛਾ ਉਸਤਾਦ ਜੀ, ਉਸ ਤੋਂ ਬਾਅਦ ਬਾਦਸ਼ਾਹ ਤੇ ਜਿਹੜਾ ਵਜ਼ੀਰ ਉਹਦਾ ਉਹ ਕੋਈ ਨਹੀਂ ਸਾ, ਬਾਦਸ਼ਾਹ ਦੀ ਜਿਹੜੀ ਉਹਦੀ ਸਭ ਤੋਂ ਜਿਹੜਾ ਵੀਕ ਹੁੰਦਾ ਨਾ ਖਿਲਾੜੀ, ਉਹ ਹੁੰਦਾ ਬਾਦਸ਼ਾਹ। ਉਹਦੀ ਜਿਹੜੀ ਚਾਲ ਹੁੰਦੀ ਹੈ ਨਾ, ਉਹਦਾ ਸਿਰਫ ਮੁੱਲਾ ਪਿਆਦਾ ਹੁੰਦਾ, ਵਿੱਚ ਮੁੱਲਾ ਪਿਆਦਾ, ਬੀਰਬਲ ਸਾਰੇ। ਨਹੀਂ ਸਰ ਜੀ, ਕੁਛ ਨਹੀਂ ਹੁੰਦਾ, ਅੱਗੇ ਸਿਰਫ ਪਿਆਦੇ ਹੁੰਦੇ ਨੇ। ਹਾਂ, ਪਿਆਦੇ ਹੁੰਦੇ ਨੇ, ਤੇ ਜਿਹੜਾ ਬੈਸਟ ਪਲੇਅਰ ਹੁੰਦਾ ਹੈ ਉਹ ਬਣਾਉਂਦਾ ਪਹਿਲੇ ਕਿਲਾ, ਉਹਨੂੰ ਕਿਲਾ ਅਸੀਂ ਕਹਿੰਦੇ ਹਾਂ, ਉਹ ਕਿਲਾ ਬਣਾਉਂਦੇ ਨੇ, ਸੇਫਟੀ ਵਾਲ। ਉਹ ਸੇਫਟੀ ਵਾਲ, ਉਹ ਕਿਲੇ ਦੇ ਵਿੱਚ ਆਉਣਾ ਬੜਾ ਮਾਇਨੇ ਰੱਖਦਾ। ਉਹ ਮੈਂ ਜਦੋਂ ਵੇਖਿਆ ਨਾ, ਉਹ ਜਿਹੜਾ ਪਲੇਅਰ ਸੀਗਾ ਉਹਨੇ ਕਿਲਾ ਬਣਾਇਆ ਸੀਗਾ, ਤੇ ਉਹਦਾ ਮੈਂ ਕਿਲਾ ਸਭ ਤੋਂ ਪਹਿਲੇ ਤੋੜਿਆ, ਕਿਉਂਕਿ ਤੁਹਾਨੂੰ ਪਤਾ ਮੁਗਲ ਸਿਸਟਮ, ਮੁਗਲ ਸਿਸਟਮ, ਮੁਗਲ ਸਿਸਟਮ ਦੇ ਪਾਗਲ, ਮੁਗਲ ਸਿਸਟਮ ਸ਼ੁਕਰ ਕਰੋ ਐਂਡ ਤੇ ਸ਼ੁਰੂ ਹੋਇਆ, ਨਹੀਂ ਤਾਂ ਕਿਆ ਕਹਿੰਦੇ। ਮੈਂ ਕਹਿੰਦਾ ਕਿਲਾ ਤੋੜਿਆ, ਕਿਲਾ ਤੋੜ ਕੇ ਤੇ ਬਾਦਸ਼ਾਹ ਨੂੰ ਚੈੱਕਮੇਟ ਕੀਤਾ। ਕਿਲਾ ਨਹੀਂ, ਤੁਸੀਂ ਗੱਲਾਂ ਗੱਲਾਂ ਤੋੜਿਆ। ਅੱਛਾ, ਸ਼ਤਰੰਜ ਖੇਡਣ ਡਿਆ ਅਜੀ, ਤਲੋ ਪਾਣੀ ਗੰਦਾ ਨਿਕਲਣ ਡਿਆ ਗਟਰ ਚ, ਉੱਥੇ ਬਹਿ ਕੇ ਖੇਡਣ ਡਿਆ ਯਾਰ। ਅੱਛਾ, ਇੰਨਾ ਲੰਮਾ ਜੋੜਾ ਕੰਮ ਤੂੰ 15 ਮਿੰਟਾਂ ਚ ਹਰਾ, 15 ਮਿੰਟਾਂ ਚ ਯਾਰ। ਅੱਛਾ, ਐਂਡ ਤੇ ਕਿਹੜਾ ਮਰਦਾ ਸਭ ਤੋਂ, ਇਹ ਦੱਸੋ ਇਹਨਾਂ ਦਾ ਯਾਰ। ਤੁਸੀਂ ਮਰਨਾ ਇਹਨਾਂ ਦਾ ਤਾਇਆ ਮਰਦਾ ਐਂਡ ਤੇ, ਇਹਦੇ ਚ ਮਰਨਾ ਮੁਰਨਾ ਕੋਈ ਨਹੀਂ ਹੁੰਦਾ, ਜ਼ਮੀਰ ਮਰਦਾ। ਸ਼ਤਰੰਜ ਦੇਖੀ, ਉਹਦੀ ਗੀਟੀਆਂ ਵਿੱਚ ਗੁਆਚੀ, ਉਹਦੀ ਜਗ੍ਹਾ ਤੇ ਵੇਖੀ ਕਿ ਬੋਤਲਾਂ ਦੇ ਢੱਕਣ ਰੱਖੇ, ਤੇ ਉਹਨੂੰ ਤਸੱਵਰ ਕੀਤਾ ਇਹ ਬਾਦਸ਼ਾਹ।
ਸ਼ਤਰੰਜ ਸੱਚੀ ਮੁੱਚੀ ਬਾਦਸ਼ਾਹ ਵਾਲਾ ਖੇਡ, ਮੈਨੂੰ ਇੱਥੇ ਪਲੇਅਰ ਹੀ ਕੋਈ ਨੀ ਲੱਭਾ। ਅੱਛਾ ਕੁਵੀਨ ਸਿੱਖੀ ਕਿੱਥੋਂ? ਹਾਂ ਕੁਵੀਨ, ਕੁਵੀਨ ਹੁੰਦੀ ਹੈ, ਕੁਵੀਨ ਦਾ ਤਾਂ ਦੱਸਿਆ ਹੀ ਨਹੀਂ, ਕੁਵੀਨ ਨਹੀਂ ਹੁੰਦੀ। ਸਭ ਤੋਂ ਮੇਨ ਆਈਟਮ ਕਹਿੰਦਾ ਹੁੰਦੀ ਨਹੀਂ, ਨਹੀਂ ਕੁਵੀਨ ਕਦੋਂ? ਭਰਾਵਾਂ ਨੇ ਕਦੇ ਆਪਣੀ ਬਣਾਈ ਆ, ਉਹਨੂੰ ਨਹੀਂ ਪਤਾ ਉਹ ਬਾਦਸ਼ਾਹ ਹੁੰਦਾ ਵਾ, ਮਾਰਨਾ ਸਿਰਫ ਉਹਦੇ ਚ ਬਾਦਸ਼ਾਹ ਨੂੰ ਕੈਦ ਕਰਨਾ। ਭਾਜੀ ਬਾਦਸ਼ਾਹ ਹੁੰਦਾ ਵਾ ਗੇਮ ਚ, ਬਾਦਸ਼ਾਹ ਆਂਦਾ, ਕੁਵੀਨ ਉਹਦੀ ਹੁੰਦੀ, ਲੇਕਿਨ ਉਹਨੂੰ ਗੇਮ ਚ ਨਹੀਂ ਉਹ ਲੈ ਕੇ ਆਉਂਦਾ ਸਰ ਜੀ। ਪੜਦੇ ਆ ਜਦੋਂ ਫੈਸਲਾ ਪਤਾ ਲਾਹੌਰ ਜਾਂਦੇ ਝੋਲੀ ਚ ਰੱਖੀ ਹੁੰਦੀ ਨਾਲ ਸਟੇਜਿੰਗ ਨਾਲ ਪਿਆਦਾ, ਇੱਥੇ ਪਿਆਦੇ ਵੀ ਹੁੰਦੇ ਵਿੱਚ, ਪਿਆਦੇ ਫਿਰ ਕੋਕਾ ਕੋਲਾ ਵੀ ਹੋਣੇ, ਪਿਆਦੇ ਪਿਆਦੇ ਹੁੰਦੇ ਹੈਗੇ ਨੇ, ਪਿਆਦੇ ਕੌਏ। ਚਲੋ ਨਹੀਂ, ਲੇਕਿਨ ਫੈਸਲ ਸਾਹਿਬ ਇਹਦੇ ਚ ਤੁਸੀਂ ਅਬੂਰ ਹਾਸਲ ਕੀਤਾ। ਅਬੂਰ ਹਾਸਲ ਕੀ ਕੀਤਾ, ਬਸ ਖੇਡਣੀ ਜਾਂਦੀ ਹੈ, ਅਬੂਰ ਹਾਸਲ ਕੀ ਕੀਤਾ? ਭਾਈ ਸ਼ਤਰੰਜ ਵੀ ਚੀਟ ਲੱਗਦਾ ਹੀ, ਸ਼ਤਰੰਜ ਖੇਡਣ ਡਿਆ ਦਸਦਾ ਜੀ ਵਿੱਚ ਟੋਕਨ ਪਾਉਣ ਡਿਆ। ਚਲੋ ਭਾਜੀ ਗੱਲ ਹੈ, ਟਾਈਮ ਪੂਰਾ ਆ ਗਿਆ ਪ੍ਰੋਗਰਾਮ ਦਾ, ਤੁਸੀਂ ਸੋਚ ਲੈਣਾ, ਸੋਚ ਸਮਝ ਲੈਣਾ, ਮੈਂ ਤੁਹਾਨੂੰ ਕੋਈ ਹੋਰ ਵੀ ਆਫਰ ਦੇ ਦਿੰਦਾ ਥੋੜੀ ਜੀ, ਓਕੇ ਕਰੋ ਇਸ ਤੋਂ ਜ਼ਿਆਦਾ ਕਿਹੜੀ? ਠੀਕ ਹੈ ਜੀ, ਦੱਸੋ ਤੁਸੀਂ ਆਫਰ ਹੋਵੇ ਜੇ ਤੂੰ ਨਾ ਮੰਨੇ, ਆਫਰ ਨਾ ਦਵਾਂ ਤੇ ਆਫਰ ਆਖੀ, ਤੁਸੀਂ ਚਾਰ ਬੰਦੇ, ਠੀਕ ਹੈ ਜੀ, ਬੰਦੇ ਤੁਸੀਂ ਦੋ ਹੀ ਆਉਂਦਾ ਜੀ ਗੱਲ ਕਰੋ। ਅੱਛਾ ਗਾ ਨਹੀਂ ਬਾਹਰ, ਠੀਕ ਹੈ ਅੱਛਾ ਜੀ, ਚਾਰ ਬੰਦੇ ਤੁਸੀਂ ਪਾਇੰਟ ਪਹਿਲੇ ਪ੍ਰੋਗਰਾਮ ਆਪਣਾ ਬਣਾ ਲਓ, ਠੀਕ ਹੈ ਜੀ, ਕਿ ਮਸ਼ਹਿਰੇ ਅਸੀਂ ਕਰਨੇ ਨੇ, ਤੇ ਉਹ ਜਿਹੜਾ ਕੰਮ ਆ ਕਿ ਵੀ ਮੈਂ ਅਗਰ ਇੱਥੇ ਨਹੀਂ ਹੈਗਾ ਤੇ ਮੈਂ ਤੁਹਾਨੂੰ ਬੁਲਾ ਲਾਂਗਾ ਤੇ ਤੁਸੀਂ ਆ ਜਾਣਾ, ਠੀਕ ਹੈ ਜੀ। ਅਸੀਂ ਇੱਕ ਵੈਸ ਸੋਰੀ ਮਾਜ਼ਰਤ ਤੁਹਾਡੀ ਗੱਲ ਕੱਟਣ ਉਸਤਾਦ ਜੀ, ਅਸੀਂ ਫਿਰ ਥੀਮ ਆਪਣੀ ਮਰਜ਼ੀ ਦਾ ਰੱਖਣਾ। ਹਾਂ ਹਾਂ, ਆਪਣੀ ਮਰਜ਼ੀ ਦਾ ਰੱਖੋ, ਠੀਕ। ਅਸੀਂ ਕਿਸੇ ਟਾਈਮ ਦਿਨੇ ਛੱਤ ਤੇ ਬੈਠੇ ਆ, ਸੂਰਜ ਤਲੂ ਹੋ ਰਿਹਾ, ਉੱਥੇ ਵੀ ਮੁਸ਼ਾਇਰਾ ਕਰ, ਉੱਥੇ ਵੀ ਕਰ ਲੈਣਾ ਪੈਣ, ਠੀਕ ਹੈ, ਮਜ਼ੇ ਨਾਲ ਕਰੀਏ ਕਿਤੇ ਕੋਈ ਪਾਰਕ ਆਪਣਾ ਖੇਤਾਂ 'ਚ ਬੈਠੇ ਮੁਸ਼ਾਇਰਾ। ਅੱਛਾ ਉਸਤਾਦ ਜੀ, ਜਸਟ ਅ ਮਿੰਟ, ਆਈ ਵਾਂਟ ਟੂ ਟਾਕ ਵਿਦ ਯੂ ਮਾਈ ਡੀਅਰ ਬ੍ਰੋ। ਉਸਤਾਦ ਜੀ ਅਸੀਂ ਕਿਤੇ ਦਿਨ ਆਏ ਬੋਲ ਯਾਰ ਫਰੀਦ, ਮੇਰੀ ਗੱਲ ਸੁਣ ਲੈ, ਦੈਟਸ ਅਥੈਂਟਿਕ ਵੇ। ਓਕੇ ਉਸਤਾਦ ਜੀ, ਪਤਾ ਕੀ ਗੱਲ, ਮੈਂ ਚਾਹ ਰਿਹਾ ਵਾਂ ਕਿ ਤੁਸੀਂ ਸੋ ਸ਼ੋ ਕਹਿਣ ਦਿਓ ਨਾ, ਅਸੀਂ ਤੁਹਾਨੂੰ ਸੋ ਸ਼ੋ ਦਿੰਦੇ ਹਾਂ, ਸੁਪਰ ਹਿੱਟ ਮੈਂ ਮੁਸ਼ਾਇਰੇ ਮੁਸ਼ਾਇਰੇ ਹੋਣਗੇ, ਸਿਚੁਏਸ਼ਨਲ ਸ਼ੋਅ ਹੋਣਗੇ, ਜਿਹੜੇ ਵੀ ਹੋਣਗੇ, ਟੋਟਲ ਸੋ ਸ਼ੋਅ ਦੇਣਾ। ਟੀ ਟਾਈਮ ਤੋਂ ਇਲਾਵਾ? ਟੀ ਟਾਈਮ ਵੀ ਹੋਣਗੇ, ਇਹ ਟੀ ਟਾਈਮ ਤੋਂ ਇਲਾਵਾ, ਟੀ ਟਾਈਮ ਨਹੀਂ, ਅਸੀਂ ਇਹ ਨਹੀਂ, ਇਹ ਟੀ ਟਾਈਮ ਸਾਡੇ ਆਡੀਅੰਸ ਦਾ ਇੱਕ ਹਿੱਸਾ ਹੈ, ਇਹ ਡੇਲੀ ਤਾਂ ਅਪਲੋਡ ਹੋਣਾ ਹੀ ਹੋਣਾ, ਇਸ ਤੋਂ ਇਲਾਵਾ ਅਸੀਂ ਸੋ ਸ਼ੋਅ ਦਿੰਦੇ ਹਾਂ। ਕਿੰਨੀ ਦੇਰ 'ਚ ਮੁਸ਼ਾਇਰੇ ਵੀ ਹੋਣਗੇ? ਕਿੰਨੀ ਦੇਰ 'ਚ? ਚਲੋ ਭਾਈ, ਨੈਕਸਟ ਪ੍ਰੋਗਰਾਮ 'ਚ ਤੱਕ ਨਾ ਤੁਸੀਂ ਸੋਚ ਲਓ, ਓਕੇ, ਤੁਸੀਂ ਬਹਿ ਕੇ ਇੱਕ ਲਿਖ ਲਓ ਕਿ ਸਾਜੀ ਤੁਹਾਨੂੰ ਇੰਨੇ ਟੀ ਟਾਈਮ ਦਿਆਂਗੇ, ਇੰਨੇ ਆਊਟਡੋਰ ਸ਼ੋਅ ਦਿਆਂਗੇ, ਇਹਨੇ ਇੱਦਾਂ ਦੇ ਦਿਆਂਗੇ, ਇੰਨੀ ਇੰਨੀ ਡਿਊਰੇਸ਼ਨ ਦੇ ਦਿਆਂਗੇ, ਠੀਕ ਹੋ, ਡਿਊਰੇਸ਼ਨ ਵੀ ਹੈ ਨਾ, ਤੁਸੀਂ 6-6 ਮਿੰਟ ਦੇ ਦੇਈ ਜਾਓ, 6-6 ਮਿੰਟ ਦੇ ਨਹੀਂ ਮੈਂ, ਹਾਂ ਉਹੀ ਮੈਂ ਗੱਲ ਕਰ ਰਿਹਾ, ਤੁਸੀਂ ਸਾਰੀ ਆਪਣੀ ਪਲੈਨਿੰਗ ਬਣਾ ਕੇ ਆ ਜਾਓ, ਫਿਰ ਅਸੀਂ ਡਿਸਕਸ ਕਰ ਲਾਂਗੇ। ਭਾਜੀ ਸ਼ੋਅ ਖਤਮ ਕਰਨ ਲੱਗੇ ਹੋ, ਮੈਨੂੰ ਉਹਨਾਂ ਕੋਲੋਂ ਭਾਜੀ, ਮੈਂ ਆਪਣੇ ਲਾੜਿਆਂ ਨੂੰ ਸਾਰਿਆਂ ਨੂੰ ਅਗਲੇ 'ਚ ਕਰ ਲਈ, ਅਗਲੇ 'ਚ ਸਾਰਿਆਂ ਦਾ ਬਹੁਤ ਸ਼ੁਕਰੀਆ ਯਾਰ, ਬਹੁਤ ਮਿਹਰਬਾਨੀ, ਅਗਲੇ 'ਚ ਕਰ ਲਈ, ਅਗਲੇ 'ਚ ਆਹੋ ਪੁੱਤ, ਅਗਲੇ 'ਚ ਕਰ ਲਈ। ਮਿੱਠਾ ਮਾਰਤਾ ਤੂੰ ਯਾਰ ਸਾਡਾ, ਮਿੱਠਾ ਚੰਗਾ ਭਲਾ ਬੋਲਦਾ ਸੀ, ਉਹ ਬੋਲੇ ਹੀ ਨੀ, ਇਹੀ ਤੁਸੀਂ ਆਉਂਦੇ ਆ ਚੜ੍ਹਾਈ ਕਰ ਦਿੰਦੇ ਉੱਤੇ, ਓਵਰਲੈਪ ਕਰੀ ਜਾਂਦੇ ਤੁਹਾਨੂੰ, ਬਾਹਰ ਤੁਹਾਡੇ ਕੋਲ ਗੱਲ ਨੀ ਹੁੰਦੀ, ਇੱਥੇ ਤੁਸੀਂ ਆ ਕੇ ਅਗਲੇ ਸ਼ੋਅ ਤਿਆਰ ਹੋ ਗਿਆ, ਮੇਰਾ ਆਖਰੀ ਸ਼ੋਅ ਹੋਏਗਾ, ਹੋ ਜਾ ਤੁਹਾਨੂੰ ਕਹਿ ਤੇ ਡਨ ਹੋ ਗਿਆ, ਅਗਲੇ ਸ਼ੋਅ ਤੇਰੀ ਦੇ ਦਾ ਮੁਕਾਬਲਾ ਆਈ ਜਾ, ਮੇਰਾ ਮੁਕਾਬ ਫਰੀਦ ਸਾਹਿਬ ਤੁਹਾਨੂੰ ਚੈਲੰਜ ਜੀ ਕਾਲਾ ਬਣਾਈ ਦਾ, ਆਪਣਾ ਖਿਆਲ ਰੱਖੋ, ਅਗਲੇ ਪ੍ਰੋਗਰਾਮ ਫਿਰ ਤੁਹਾਡਾ ਮੁਲਾਕਾਤ ਹੋਏਗੀ, ਤਬ ਤੱਕ ਲਈ ਅੱਲਾ ਹਾਫਿਜ਼ ਜੀ।